ਮੈਂ ਮਨਵੀਰ ਕੌਰ ਸੋਸ਼ਲ ਪੋਸਟ ਨਾਲ ਜੁੜੀ ਸਾਰੀ ਆਡੀਅੰਸ ਦਾ ਸਵਾਗਤ ਕਰਦੀ ਹਾਂ ਹਰ ਵੀਕਐਂਡ ਦਾ ਖਾਸ ਪ੍ਰੋਗਰਾਮ ਰਣਜੀਤ ਸਿੰਘ ਕੁੱਕੀ ਗਿੱਲ ਜੀ ਦੇ ਨਾਲ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਅਕਸਰ ਚਰਚਾ ਕਰਦੇ ਹਾਂ ਕ੍ਰਮਵਾਰ ਪੰਜਾਬ ਨਾਲ ਜੁੜੇ ਮੁੱਦਿਆਂ ਦੀ ਪੂਰੇ ਭਾਰਤ ਨਾਲ ਜੁੜੇ ਮਸਲੇ ਐਂਡ ਕੌਮਾਂਤਰੀ ਲੈਵਲ ਦੇ ਵਿੱਚ ਇਜ਼ ਇੰਟਰਨੈਸ਼ਨਲ ਅੱਜ ਦੇ ਮੈਟਰ ਦੇ ਵਿੱਚ ਇਟਸ ਮੋਰ ਲਾਈਕਲੀ ਕਿ ਅਸੀਂ ਸਿਰਫ ਪੰਜਾਬ 'ਤੇ ਕੇਂਦਰਿਤ ਰਹਾਂਗੇ ਜ਼ਿਆਦਾ ਹਿੱਸਾ ਇਸ ਪ੍ਰੋਗਰਾਮ ਦਾ ਕਿਉਂਕਿ ਪੰਜਾਬ ਦਾ ਜਿਹੜਾ ਦੁਖਾਂਤ ਹੈ ਉਹ ਪਿਛਲੇ 50 ਸਾਲਾਂ ਤੋਂ ਲਗਾਤਾਰ ਇੱਕੋ ਹੀ ਚੱਲਦਾ ਆ ਰਿਹਾ ਪੰਜਾਬ ਆਪਣੇ ਪਿਛੋਕੜ ਵਾਲੀ ਚੱਕੀ ਜਾ ਰਿਹਾ ਹੈ ਪਿਛੋਕੜ ਦੇ ਪਰਛਾਵੇਂ ਹੀ ਅਗਲੀ ਰੁੱਤ ਦੀਆਂ ਜਿਹੜੀਆਂ ਚਿੰਤਾਵਾਂ ਨੇ ਜਿਹੜੀਆਂ ਗੱਲਾਂ ਨੇ ਉਹਨਾਂ ਦੇ ਉੱਤੇ ਹਾਵੀ ਹੋ ਜਾਂਦੇ ਨੇ ਔਰ ਅਗਲੀ ਰੁੱਤ ਲਈ ਕੋਈ ਵੀ ਤਿਆਰੀ ਪੰਜਾਬ ਨੂੰ ਕਰਨ ਨਹੀਂ ਦਿੰਦੇ ਜਾਂ ਕਹਾਂ ਕਿ ਜਿਹੜੀ ਵਿਕਾਸ ਦੀ ਅਸਲੀ ਕ੍ਰਾਂਤੀ ਚਾਹੀਦੀ ਹੈ ਉਹਦੇ ਵੱਲ ਪੰਜਾਬ ਨੂੰ ਸੋਚਣ ਨਹੀਂ ਦਿੰਦੇ ਅੱਜ ਦੇ ਸਮੇਂ 'ਚ ਅਗਰ ਆਪਾਂ ਦੇਖੀਏ ਤਾਂ ਪੰਜਾਬ ਦੇ ਮਸਲੇ ਕੀ ਨੇ ਜਿਹੜੇ 30 ਸਾਲ ਪਹਿਲਾਂ ਜਾਂ 40 ਸਾਲ ਪਹਿਲਾਂ ਜਾਂ 50 ਸਾਲ ਪਹਿਲਾਂ ਸੀ ਜਿਵੇਂ ਕਿ ਪੰਜਾਬ ਦੇ ਪਾਣੀਆਂ ਦਾ ਮੈਟਰ SYL ਦਾ ਮੁੱਦਾ ਸੁਪਰੀਮ ਕੋਰਟ ਨੇ ਹਾਲਾਂਕਿ ਕਹਿ ਦਿੱਤਾ ਸੀਗਾ ਕਿ ਸਰਵੇ ਕੀਤਾ ਜਾਵੇ ਪੰਜਾਬ ਦੇ ਵਿੱਚ ਜੋ SYL ਦੀ ਜ਼ਮੀਨ ਹੈ ਉਹਦੇ 'ਤੇ SYL ਕਿੰਨੀ ਬਣੀ ਹੈ ਪਰ ਹੁਣ ਇੱਕ ਹੋਰ ਮੀਟਿੰਗ ਹੋਣੀ ਹੈ ਜਿਹੜੀ 28 ਦਸੰਬਰ ਨੂੰ ਹੋਏਗੀ ਦੁਬਾਰਾ ਤੋਂ ਫਿਰ ਉਹੀ 40 ਸਾਲ ਪੁਰਾਣਾ ਮੁੱਦਾ ਸਾਡੇ ਸਾਹਮਣੇ ਬਹੁਤ ਚਰਚਿਤ ਹੋ ਜਾਏਗਾ ਭਵਿੱਖ ਦਾ ਕਦੋਂ ਸੋਚਾਂਗੇ ਉਹਦੇ ਵੱਲ ਸਾਰੇ ਮੈਟਰ ਜਿਹੜੇ ਨੇ ਉਹ ਸ਼ਨ ਹੋ ਜਾਣਗੇ ਆਪਾਂ ਦੇਖਦੇ ਹਾਂ ਭਾਈ ਰਾਜੋਆਣਾ ਜੀ ਜਿਨ੍ਹਾਂ ਦਾ ਬਹੁਤ ਪੁਰਾਣਾ ਮਸਲਾ ਹੈ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਉਹੀ ਲਟਕਾਇਆ ਹੋਇਆ ਬਹੁਤ ਸੋਚ ਸਮਝ ਕੇ ਕਿ ਉਹੀ ਵਾਰ ਵਾਰ ਸਾਡੇ ਮੂਹਰੇ ਆ ਜਾਂਦਾ ਹੈ ਇਸੇ ਵੀਕ ਦੇ ਵਿੱਚ ਇੱਕ ਨਵੀਂ ਘਟਨਾ ਸਾਡੇ ਸਾਹਮਣੇ ਆਉਂਦੀ ਇੱਕ ਨਵੀਂ ਅਪਡੇਟ ਸਾਨੂੰ ਮਿਲਦੀ ਹੈ ਕਿ ਜਥੇਦਾਰ ਕੌਂਕੇ ਜੀ ਦੀ ਜਿਹੜੀ ਡਿਸਅਪੀਅਰੈਂਸ ਹੈ ਡਿਸਅਪੀਅਰੈਂਸ ਨੂੰ ਕੌਮਿਆਂ ਦੇ ਵਿੱਚ ਰੱਖ ਕੇ ਦੇਖਿਓ ਕਿਉਂਕਿ ਪੁਲਿਸ ਦਾ ਕਹਿਣਾ ਹੈ ਕਿ ਉਹ ਡਿਸਅਪੀਅਰ ਹੋ ਗਿਆ ਪਰ ਲੋਕਾਂ ਦਾ ਮੰਨਣਾ ਹੈ ਕਿ ਉਹਨਾਂ ਨੂੰ ਮਾਰ ਕੇ ਉਹਨਾਂ ਨੂੰ ਕਿਤੇ ਸੁੱਟ ਦਿੱਤਾ ਗਿਆ ਤੇ ਉਹਨਾਂ ਦੀ ਲਾਸ਼ ਵੀ ਬਰਾਮਦ ਨਹੀਂ ਹੋਈ ਉਸ ਕੇਸ ਦੀਆਂ ਕੁਛ ਫਾਈਲਾਂ ਜਿਹੜੀ ਇੱਕ ADGP ਦੇ ਅਧੀਨ ਕਮੇਟੀ ਬਣਾਈ ਗਈ ਸੀ ਉਹ ਫਾਈਲ ਜਥੇਦਾਰ ਜੀ ਦੇ ਕੋਲ ਸਬਮਿਟ ਕੀਤੀ ਗਈ ਹੈ ਇੱਕ ਹਿਊਮਨ ਰਾਈਟ NGO ਦੇ ਵੱਲੋਂ ਉਹ ਫਿਰ ਸਾਡੇ ਸਾਹਮਣੇ ਇੱਕ ਬਹੁਤ ਪੁਰਾਣਾ ਮਸਲਾ ਜਿਸ ਸਮੇਂ ਸ਼ਾਇਦ ਬਹੁਤ ਵੱਡਾ ਹਿੱਸਾ ਪੰਜਾਬ ਦੀ ਨੌਜਵਾਨੀ ਦਾ ਜਿਹੜਾ ਉਸ ਸਮੇਂ ਪੈਦਾ ਵੀ ਨਹੀਂ ਸੀ ਹੋਇਆ ਉਹੀ ਮਸਲੇ ਪੰਜਾਬ ਦੇ ਮੂਹਰੇ ਆਣ ਕੇ ਖੜੇ ਹੋ ਜਾਂਦੇ ਨੇ ਕੀ ਕਾਰਨ ਹੈ ਕਿ ਪੰਜਾਬ ਆਪਣੇ ਅਤੀਤ ਤੋਂ ਹੀ ਪਿੱਛਾ ਨਹੀਂ ਛੁਡਾ ਪਾ ਰਿਹਾ ਤੇ ਆਪਣੇ ਭਵਿੱਖ ਲਈ ਕੋਈ ਵੀ ਤਿਆਰੀ ਨਹੀਂ ਕਰ ਰਿਹਾ ਆਪਾਂ ਦੇਖਦੇ ਹਾਂ ਸਾਊਥ ਦੀਆਂ ਸਟੇਟਸ ਕਿਵੇਂ ਤਰੱਕੀ ਦੇ ਰਾਹ ਤੇ ਨੇ ਪਰ ਜਦੋਂ ਪੰਜਾਬ ਨੂੰ ਵੇਖਦੇ ਹਾਂ ਤਾਂ ਪੰਜਾਬ ਦੇ ਅਦਾਰੇ ਵਿੱਤੀ ਸੰਕਟ ਦੇ ਨਾਲ ਜੂਝ ਰਹੇ ਨੇ ਨਿਰੰਤਰ ਖੁਰਦੇ ਜਾ ਰਹੇ ਨੇ ਆਪਾਂ ਕਿਤੇ ਵੀ ਪ੍ਰਾਇਮਰੀ ਐਜੂਕੇਸ਼ਨ ਸੈਕੰਡਰੀ ਐਜੂਕੇਸ਼ਨ ਹਾਇਰ ਐਜੂਕੇਸ਼ਨ ਜਾਂ ਹੋਰ ਜਿਹੜੀਆਂ ਹੈਲਥ ਸਰਵਿਸਿਜ਼ ਲੋਕਾਂ ਨੂੰ ਚਾਹੀਦੀਆਂ ਨੇ ਉਹਨਾਂ ਨੂੰ ਮਜ਼ਬੂਤੀ ਨਹੀਂ ਦੇ ਪਾ ਰਹੇ ਜਾਂ ਸਿੱਧਾ ਕਹੀਏ ਪੰਜਾਬ ਨੂੰ ਇੱਕ ਬਹੁਤ ਹੀ ਬੁਲੰਦ ਸਟੇਟ ਨਹੀਂ ਬਣਾ ਪਾ ਰਿਹਾ ਸਾਡਾ ਅਤੀਤ ਹਰ ਵਾਰ ਸਾਡੇ ਮੂਹਰੇ ਆ ਜਾਂਦਾ ਇਹੀ ਸਵਾਲ ਇਹਨਾਂ ਮਸਲਿਆਂ ਨਾਲ ਜੁੜੇ ਸਵਾਲ ਲੈ ਕੇ ਮੈਂ ਕੁੱਕੀ ਜੀ ਵੱਲ ਜਾਵਾਂਗੀ ਕੁੱਕੀ ਜੀ ਮੈਂ ਤੁਹਾਨੂੰ ਸ਼ਾਮਿਲ ਕਰਦੀ ਹਾਂ ਤੁਹਾਡਾ ਸਵਾਗਤ ਕਰਦੀ ਹਾਂ ਜੀ ਧੰਨਵਾਦ ਐਂਡ ਮੋਸਟ ਵੈਲਕਮ ਜੀ ਥੈਂਕ ਯੂ ਸੋ ਮੱਚ ਮਨਵੀਰ ਸਤਿ ਸ਼੍ਰੀ ਅਕਾਲ ਸਰ ਇੱਕ ਲੇਟੈਸਟ ਰਿਪੋਰਟ ਸਾਡੇ ਸਾਹਮਣੇ ਆਈ ਹੈ ਜੀ ਜਿਹੜੀ ਲਗਭਗ 31 ਸਾਲ ਪੁਰਾਣਾ ਮੈਟਰ ਹੈ ਉਹਦੇ ਨਾਲ ਜੁੜੀ ਹੋਈ ਇੱਕ ਇਨਵੈਸਟੀਗੇਸ਼ਨ ਹੈ ਜੋ ਜਥੇਦਾਰ ਗੁਰਦੇਵ ਸਿੰਘ ਕੌਂਕੇ ਹੋਣਾ ਦੇ ਡਿਸਅਪੀਅਰੈਂਸ ਸੋ ਕਾਲਡ ਜਿਹਨੂੰ ਸਟੇਟ ਕਹਿੰਦੀ ਹੈ ਡਿਸਅਪੀਅਰੈਂਸ ਪਰ ਲੋਕਾਂ ਦਾ ਮੰਨਣਾ ਹੈ ਕਿ ਮਰਡਰ ਉਹਦੀ ਇੱਕ ਇਨਵੈਸਟੀਗੇਸ਼ਨ ਰਿਪੋਰਟ ਸਾਹਮਣੇ ਆਉਂਦੀ ਹੈ ਇੱਕ ਹਿਊਮਨ ਰਾਈਟਸ ਦੀ ਸੰਸਥਾ ਜਿਹਦੇ ਵੱਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੂੰ ਉਹ ਰਿਪੋਰਟ ਸਬਮਿਟ ਕਰ ਦਿੱਤੀ ਗਈ ਹੈ ਉਸ ਰਿਪੋਰਟ ਦੇ ਵਿੱਚ ਕਿਤੇ ਵੀ ਇਹ ਤਾਂ ਤੈਅ ਨਹੀਂ ਹੋਇਆ ਕਿ ਉਹਨਾਂ ਦਾ ਡਿਸਅਪੀਅਰੈਂਸ ਹੋਈ ਹੈ ਜਾਂ ਵਾਕਈ ਉਹਨਾਂ ਦਾ ਮਰਡਰ ਹੋਇਆ ਹੈ ਪਰ ਉਹਦੇ ਵਿੱਚ ਕਈ ਪੁਲਿਸ ਦੇ ਉੱਤੇ ਜਿਹੜੇ ਡਾਊਟ ਖੜੇ ਕੀਤੇ ਨੇ ਉਸ ਰਿਪੋਰਟ ਨੇ ਮੈਂ ਤੁਹਾਡੇ ਵੱਲ ਸਿੱਧਾ ਸਵਾਲ ਲੈ ਕੇ ਆ ਰਹੀ ਹਾਂ ਜੀ ਤੁਸੀਂ ਉਹ ਰਿਪੋਰਟ ਪੜ੍ਹੀ ਹੋਏਗੀ ਤੁਹਾਡੇ ਕੋਲ ਪਹੁੰਚੀ ਹੋਏਗੀ ਤੁਹਾਨੂੰ ਕੀ ਲੱਗਦਾ ਕਿ ਇਹ ਰਿਪੋਰਟਾਂ ਜਿਹੜੀਆਂ ਪੁਰਾਣੀਆਂ ਰਿਪੋਰਟਸ ਨੇ ਉਹ ਅੱਜ ਕਿਵੇਂ ਅਚਨਚੇਤ ਸਾਡੇ ਸਾਹਮਣੇ ਨੇ ਪਰ ਇਹਦੇ 'ਤੇ ਐਕਸ਼ਨ ਕੋਈ ਨਹੀਂ ਹੈ ਇਹ ਟਾਈਮਿੰਗਸ ਕੀ ਹੁੰਦੀਆਂ ਨੇ ਇਹ ਸਾਰਾ ਕਿਵੇਂ ਚੱਲ ਰਿਹਾ ਹੈ ਜੀ ਤੁਸੀਂ ਕੀ ਦੇਖਦੇ ਹੋ ਇਹ ਰਿਪੋਰਟ ਕਿੱਥੋਂ ਆਈ ਮੈਂ ਨਾ ਬੜਾ ਹੀ ਸੈਡ ਐਪੀਸੋਡ ਹੈਗਾ ਮਤਲਬ ਕਿ ਉਸ ਟਾਈਮ 'ਤੇ ਮੈਂ ਨਿਊਯਾਰਕ ਦੀ ਜੇਲ੍ਹ 'ਚ ਸੀਗਾ ਜਦੋਂ ਦਾ ਇਹ ਇੰਸੀਡੈਂਟ ਹੈਗਾ ਕਿਉਂਕਿ ਮੈਂ ਜਥੇਦਾਰ ਸਾਹਿਬ ਨੂੰ ਕਦੀ ਮਿਲ ਨਹੀਂ ਸਕਿਆ ਗਾ ਪਰ ਮੇਰੇ ਵੇਲੇ ਇਹ ਐਕਟਿਵ ਹੋ ਗਏ ਸੀਗੇ ਪਰ ਮਤਲਬ ਕਿ ਇਹਨਾਂ ਦਾ ਬਹੁਤ ਪ੍ਰਭਾਵ ਸੀਗਾ ਇਲਾਕੇ ਦੇ ਵਿੱਚ ਅਤੇ ਇਹਨਾਂ ਦੀ ਸ਼ਖਸੀਅਤ ਬਾਰੇ ਸਾਰੇ ਲੋਕ ਬਹੁਤ ਹਾਂ ਪੱਕੀ ਹੰਗਾਰਾ ਰੱਖਦੇ ਸੀਗੇ ਅਤੇ ਜਦੋਂ ਇਹਨਾਂ ਨੂੰ ਜ਼ਿੰਮੇਵਾਰੀ ਵੀ ਲਾਈ ਗਈ ਐਕਟਿੰਗ ਅਕਾਲ ਤਖਤ ਜਥੇਦਾਰੇ ਦੀ 1986 ਦੇ ਵਿੱਚ
ਤਾਂ ਉਦੋਂ ਇੱਕ ਆਸ ਬੱਝੀ ਸੀ ਕਿ ਕੌਮ ਨੂੰ ਚੰਗਾ ਲੀਡਰ ਮਿਲ ਰਿਹਾ ਹੈਗਾ। ਉਦੋਂ ਇਹਨਾਂ ਨੇ ਆਪਣੀ ਕੁਛ ਮਹੀਨੇ ਬੜੀ ਬਾਖੂਬੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਈ, ਫਿਰ ਇਹਨਾਂ ਨੂੰ ਉੱਥੋਂ ਆਉਣਾ ਪੈ ਗਿਆ ਸੀਗਾ, ਕਿਉਂਕਿ ਜਿੱਥੇ ਇਹਨਾਂ ਦੇ ਬਾਅਦ ਜਿਹੜੇ ਭਾਈ ਜਸਵੀਰ ਸਿੰਘ ਰੋਡੇ ਉਹ ਕੁਛ ਸਾਲਾਂ ਬਾਅਦ ਰਿਹਾਅ ਹੋ ਗਏ ਸੀਗੇ, ਅਤੇ ਉਹਨਾਂ ਨੇ ਆ ਕੇ ਫਿਰ ਜਥੇਦਾਰੀ ਦੀ ਜ਼ਿੰਮੇਵਾਰੀ ਸਾਂਭ ਲਈ ਸੀਗੀ ਕੁਛ ਚਿਰ ਦੇ ਲਈ। ਪਰ ਮੈਂ ਇਸ ਤੋਂ ਪਹਿਲੇ ਇਹਦੇ 'ਤੇ ਆਉਣ ਤੋਂ ਪਹਿਲੇ ਮੈਂ ਇੱਕ ਦ੍ਰਿਸ਼ ਦੱਸਣਾ ਚਾਹੁੰਦਾ, ਜਿਹੜਾ ਸਮਾਜ ਦਾ ਦ੍ਰਿਸ਼ ਹੈਗਾ ਇਸ ਟਾਈਮ 'ਤੇ ਪ੍ਰੈਜੈਂਟਲੀ ਜੋ ਚੱਲ ਰਿਹਾ ਬਹੁਤ ਲੰਮੇ ਚਿਰ। ਇਹ ਹੈਗਾ ਵੀ ਸਰਕਾਰਾਂ ਸਿਰਫ ਹਕੂਮਤ ਚਲਾ ਰਹੀਆਂ ਨੇ, ਰਾਜ ਪ੍ਰਬੰਧ ਨਹੀਂ। ਚੰਗੇ ਸ਼ਾਸਨ ਬਾਰੇ ਸੋਚਣਾ ਤਾਂ ਦੂਰ ਦੀ ਗੱਲ ਆ, ਅਤੇ ਜਿਹੜੀ ਇੱਥੇ ਸਥਿਤੀ ਬਣੀ ਹੋਈ ਆ ਹੁਣ ਭਾਰਤ ਦੇ ਅੰਦਰ, ਖਾਸ ਕਰਕੇ ਨਦਰਨ ਪਾਰਟ ਆਫ ਇੰਡੀਆ, ਉਹ ਹੈਗਾ ਅੱਜ ਤਿੱਖੀ ਨਾਅਰੇਬਾਜ਼ੀ, ਰਾਜਨੀਤਿਕ ਹਮਲਾ ਵਾਰਤਾ ਅਤੇ ਅੱਤ ਰਾਸ਼ਟਰਵਾਦ ਨੇ ਲੋਕਾਂ ਦੇ ਦ੍ਰਿਸ਼ਟੀਕੋਣ ਅਤੇ ਸੋਚ ਨੂੰ ਧੁੰਦਲਾ ਕਰ ਦਿੱਤਾ ਹੈ, ਜਿਸ ਕਰਕੇ ਵਿਅਕਤੀ ਦੀ ਸ਼੍ਰੇਸ਼ਟਤਾ ਦੀ ਰੋਸ਼ਨੀ ਭਾਵ ਉਸਦੇ ਬੇਮਿਸਾਲ ਉੱਤਮ ਵਿਵਹਾਰ ਉੱਚੀ ਨੈਤਿਕਤਾ ਅਤੇ ਆਤਮਿਕ ਸ਼ੁੱਧਤਾ ਨੂੰ ਝੂਠ ਦੀ ਚਮਕ ਤੋਂ ਵੱਖ ਕਰਨਾ ਮੁਸ਼ਕਲ ਹੋ ਜਾਂਦਾ ਹੈ। ਮਤਲਬ ਕਿ ਜਿਸ ਤਰ੍ਹਾਂ ਦੇ ਇਹ ਦ੍ਰਿਸ਼ਟੀਕੋਣ ਬੁਣੇ ਜਾ ਰਹੇ ਨੇ, ਜਿਵੇਂ ਤਿੱਖੀ ਨਾਅਰੇਬਾਜ਼ੀਆਂ ਚੱਲ ਰਹੀਆਂ ਨੇ, ਰਾਸ਼ਟਰਵਾਦ ਦੀ ਖੇਡ ਖੇਡੀ ਜਾ ਰਹੀ ਹੈ ਚੋਣਾਂ ਜਿੱਤਣ ਦੇ ਲਈ, ਚਾਹੇ ਨੈਸ਼ਨਲ ਚੋਣਾਂ ਹੋਣ ਅਤੇ ਚਾਹੇ ਸਟੇਟਸ ਦੀਆਂ ਚੋਣਾਂ ਹੋਣ, ਉਹੀ ਖੇਡ ਇੱਥੇ ਪੰਜਾਬ ਵਿੱਚ ਬਹੁਤ ਇੱਕ ਚਿੱਟੇ ਰੂਪ ਵਿੱਚ ਇੱਥੇ ਪੰਜਾਬ 'ਚ ਖੇਡੀ ਗਈ ਆ ਹੋਲੀ, ਜਿਹਦਾ ਦਖਾਂਤ ਹਜੇ ਵੀ ਲਿੰਗਰ ਔਨ ਕਰ ਰਿਹਾ ਹੈਗਾ। ਉਸ ਦਖਾਂਤ ਵਿੱਚੋਂ ਹੀ ਜਥੇਦਾਰ ਗੁਰਦੇਵ ਸਿੰਘ ਕੌਂਕੇ ਦਾ ਜਿਹੜਾ ਐਪੀਸੋਡ ਆ, ਮੋਸਟ ਚਿਲਿੰਗ ਐਪੀਸੋਡ ਆ, ਉਹ ਜਦੋਂ ਆਪਾਂ ਪੁਰਾਣਾ ਸਿੱਖ ਇਤਿਹਾਸ ਫਰੋਲਦੇ ਹਾਂ ਕਿ ਸਾਡੇ ਟੋਟੇ ਟੋਟੇ ਕਰਦੇ ਖੋਪੜੀਆਂ ਅਤਵਾਰ ਸਿੰਘਾਂ ਨੇ ਖੋਪੜੀਆਂ ਲਵਾ ਲਈਆਂ ਅਤੇ ਅੱਗਾਂ ਵਿੱਚ ਉਬਾਲੇ ਗਏ ਤੱਤੀਆਂ ਤਵੀਆਂ 'ਤੇ ਬੈਠੇ, ਉਸੇ ਤਰ੍ਹਾਂ ਦਾ ਵਰਤਾਂਤ ਜਿਹੜਾ ਸੀਗਾ ਉਹ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਨਾਲ ਹੋਇਆ। ਪਰ ਸਾਡੀ ਇਹ ਦੇਖੋ ਬਦਕਿਸਮਤੀ ਆ ਕਿ ਉਹਨਾਂ ਪਰਿਵਾਰਾਂ ਦੇ ਬੱਚੇ ਅੱਜ ਫਿਰ ਦੁਬਾਰਾ ਪੰਜਾਬ ਪੁਲਿਸ ਦੇ ਵਿੱਚ SSP ਲੱਗੇ ਹੋਏ ਨੇ, ਅਤੇ ਇਹੀ ਉਹਨਾਂ ਨੂੰ ਇੱਕ ਵੀ ਕਿਸੇ ਨੂੰ ਕਟਹਿਰੇ ਵਿੱਚ ਲਿਆ ਕੇ ਸਿੱਖ ਕੌਮ ਖੜ੍ਹੀ ਨਹੀਂ ਕਰ ਸਕੀ। ਜਿਹੜੇ ਅੱਜ ਸਾਨੂੰ ਕਹਿੰਦੇ ਨੇ ਕਿ ਅਸੀਂ ਪੰਥਕ ਸਰਕਾਰ ਚਲਾਈ ਆ 15 ਸਾਲ ਹੁਣ ਜਿਹੜੀ ਆਫਟਰ 90s, ਉਹਨਾਂ ਨੂੰ ਇਹ ਸਵਾਲ ਪੁੱਛਣੇ ਬਣਦੇ ਆ ਵੀ ਉਹਨਾਂ ਦੇ ਟੇਬਲ 'ਤੇ, ਸਰ ਪ੍ਰਕਾਸ਼ ਸਿੰਘ ਬਾਦਲ ਦੇ ਟੇਬਲ 'ਤੇ ਇਹ ਸਾਰੀ ਜਿਹੜੀ ਰਿਪੋਰਟ ਦਾ ਤੁਸੀਂ ਜ਼ਿਕਰ ਕੀਤਾ ਹੈਗਾ, ਇਹ ADGP BP ਤਿਵਾੜੀ ਨੇ ਬੜੀ ਮਿਹਨਤ ਨਾਲ ਇਹਦੀ ਖੋਜ ਕਰਕੇ ਸਾਰੀ ਰਿਪੋਰਟ ਦੀ, ਉਹਨਾਂ ਨੇ ਸਰ ਪ੍ਰਕਾਸ਼ ਸਿੰਘ ਬਾਦਲ ਐਸ ਚੀਫ ਮਿਨਿਸਟਰ 1999 ਦੇ ਵਿੱਚ ਇਹ ਉਹਨਾਂ ਦੇ ਟੇਬਲ 'ਤੇ ਰੱਖਤੀ ਸੀ, ਪਰ ਅੱਜ ਤੱਕ ਉਹ ਟੇਬਲ 'ਤੇ ਹੀ ਰਹਿ ਗਈ ਅਤੇ ਉੱਥੇ ਧੂੜਾਂ ਦੀ ਇੱਕ ਧੂੜ ਬਣ ਗਈ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ ਨਾ ਬੇਅਦਬੀ ਦੇ ਮਾਮਲੇ 'ਚ ਜਿਹੜਾ SSP ਸੀਗਾ ਫਰੀਦਕੋਟ ਦਾ ਮਾਨ, ਉਹ ਕਹਿੰਦਾ ਸੀ ਜੀ ਧੂੜ ਉੱਡੀ ਆ, ਧੂੜ ਦੇ ਵਿੱਚੋਂ ਅਸੀਂ ਕੀ ਲੱਭੀਏ। ਜਦੋਂ ਉਹਨਾਂ ਨੂੰ ਡਿਪਟੀ ਚੀਫ ਮਿਨਿਸਟਰ ਨੇ ਸਵਾਲ ਕੀਤਾ ਸੀ ਵੀ ਕੀ ਬਣਿਆ, ਤਾਂ ਮੈਂ ਉਹਦਾ ਕੋਲੇ ਬੈਠਾ ਸੀਗਾ, ਉਸੇ ਤਰ੍ਹਾਂ ਦੀ ਧੂੜ ਇਹਨਾਂ ਨੇ ਇੱਕ ਐਡੇ ਵੱਡੇ ਐਪੀਸੋਡ ਦੀ, ਜਿਹੜਾ ਕਿ ਐਡਾ ਵੱਡਾ ਦਖਾਂਤ ਸੀਗਾ ਪੰਜਾਬ ਦਾ, ਉਸ ਦੇ ਵਿੱਚ ਇਹਨਾਂ ਨੇ ਧੂੜ 'ਚ ਮਿਲਾ ਤੀ ਰਿਪੋਰਟ। ਉਹ ਇੱਕ ਵਾਰ ਕੋਸ਼ਿਸ਼ ਕੀਤੀ ਗਈ ਸੀ ਜਸਟਿਸ ਅਜੀਤ ਸਿੰਘ ਬੈਂਸਣਾ ਵੱਲੋਂ, ਜਿਹੜੇ ਕਿ ਹੁਣ ਮਹਿਰੂਮ ਨੇ, ਉਹਨਾਂ ਦੇ ਵੱਲੋਂ ਰਾਮ ਨਾਰਾਇਣ ਕੁਮਾਰ ਦੇ ਨਾਲ ਰਲ ਕੇ ਇਹ ਇਨਵੈਸਟੀਗੇਸ਼ਨ ਕੀਤੀ ਗਈ ਸੀ। ਜਿਹੜੀ ਇਨਵੈਸਟੀਗੇਸ਼ਨ ਉਹਨਾਂ ਨੇ ਸਰ ਪ੍ਰਕਾਸ਼ ਸਿੰਘ ਬਾਦਲ ਅੱਗੇ ਰੱਖੀ, ਉਸ ਤੋਂ ਬਾਅਦ BP ਤਿਵਾੜੀ ਦੀ ਡਿਊਟੀ ਲੱਗੀ ADGP ਦੀ ਕਿ ਇਸ 'ਤੇ ਖੋਜ ਪੂਰਵਕ ਸਾਰੇ ਤੱਥ ਲੈ ਕੇ ਆਓ ਬਾਹਰ। ਪਰ ਉਹ ਤੱਥ ਤਾਂ ਲੈ ਆਏ ਸਾਰੇ, ਪਰ ਇਹ ਹਜੇ ਸਾਬਤ ਨਹੀਂ ਸੀ ਹੋ ਸਕਿਆ ਕਿ ਉਹਨਾਂ ਦੀ ਡੈਥ ਹੋਈ ਆ, ਕਿਸ ਤਰ੍ਹਾਂ ਹੋਈ ਆ। ਪਰ ਇਹ ਪਤਾ ਲੱਗ ਗਿਆ ਸੀ ਵੀ ਉਹਨਾਂ ਨੂੰ ਬਹੁਤ ਸਵੇਅਰ ਟੋਰਚਰ ਹੋਇਆ ਹੈਗਾ, ਜਿਸ ਤਰ੍ਹਾਂ ਕਿ ਅੰਗ ਅੰਗ ਵੱਢਿਆ ਜਾਣਾ, ਇਸ ਤਰ੍ਹਾਂ ਦਾ ਉਹਨਾਂ ਦਾ ਵਰਤਾਰਾ ਹੋਇਆ। ਉਹਨਾਂ ਦੀਆਂ ਇਹ ਵੀ ਦੱਸਣ 'ਚ ਆਈਆਂ ਨੇ ਕਿ ਸਾਰੀ ਜਿਹੜੀ ਬੋਡੀ ਆ ਉਹ ਨੀਲੀ ਹੋ ਗਈ ਸੀ ਟੋਰਚਰ ਦੇ ਨਾਲ, ਸ਼ਾਇਦ ਉਹਨਾਂ 'ਤੇ ਪ੍ਰੈੱਸਾਂ ਵੀ ਲਾਈਆਂ ਗਈਆਂ ਹੋਣ। ਅਤੇ ਉਹਨਾਂ ਨੂੰ ਉਹਨਾਂ ਸਰਦੀਆਂ ਦੇ ਦਿਨ ਸੀਗੇ 92 ਦੇ 25 ਦਸੰਬਰ ਨੂੰ, ਜਦੋਂ ਉਹਨਾਂ ਨੂੰ ਚੱਕਿਆ ਘਰੋਂ, ਅਤੇ ਸਾਰੇ ਪਿੰਡ ਦੇ ਬਹੁਤ ਲੋਕ ਮੌਜੂਦ ਸੀ ਜਦੋਂ ਇੰਸਪੈਕਟਰ ਗੁਰਮੀਤ ਸਿੰਘ ਉਹਨਾਂ ਨੂੰ ਚੱਕ ਕੇ ਲਿਆਇਆ ਹੈਗਾ। ਅਤੇ ਅੱਜ ਤੱਕ SSP ਜਿਹੜਾ ਸੀਗਾ ਸਵਰਨ ਸਿੰਘ, ਉਹ ਹੁਣ ਤਾਂ ਉਹਦੀ ਡੈਥ ਹੋ ਚੁੱਕੀ ਹੈਗੀ ਆ,
ਉਹ ਕਦੀ ਵੀ ਕਟਹਿਰੇ ਵਿੱਚ ਖੜ੍ਹੇ ਨਹੀਂ ਕਰ ਸਕੇ, ਜਦਕਿ ਉਹਨਾਂ ਦੇ ਪ੍ਰਤੀ ਇੱਦਾਂ ਦੇ ਕਈ ਐਪੀਸੋਡ ਜੁੜੇ ਹੋਏ ਨੇ। ਉਦੋਂ ਫਿਰ ਇਹਨਾਂ ਦੀ ਇਹ ਐਪੀਸੋਡ ਐਡਾ ਵੱਡਾ ਹੋ ਗਿਆ ਸੀਗਾ ਕਿ ਲੋਕਾਂ ਦੇ ਵਿੱਚ ਇੱਕ ਸਮੂਹਿਕ ਰੋਹ ਉੱਠਿਆ ਸੀਗਾ। ਪਰ ਉਦੋਂ ਕਿਉਂਕਿ ਬਹੁਤ ਬਰੂਟੈਲਿਟੀ ਸੀਗੀ ਅਤੇ ਓਪਨ ਬਰੂਟੈਲਿਟੀ ਚੱਲ ਰਹੀ ਸੀਗੀ ਪੰਜਾਬ ਵਿੱਚ ਅੰਡਰ ਦੀ ਕਮਾਂਡ ਆਫ ਸਰਦਾਰ ਬੇਅੰਤ ਸਿੰਘ ਅਤੇ ਨਾਲ ਉਹਨਾਂ ਦੇ ਅੱਗੇ ਕਮਾਂਡ ਸੀਗੀ ਮਿਸਟਰ ਕੇ ਪੀ ਐੱਸ ਗਿੱਲ ਕੋਲ ਐਜ਼ ਡੀ ਜੀ ਪੀ ਪੰਜਾਬ। ਉਹਨਾਂ ਨੇ ਬਿਲਕੁਲ ਹੀ ਕਿਸੇ ਦੀ ਪਰਵਾਹ ਨਹੀਂ ਕੀਤੀ ਅਤੇ ਉਹ ਇੱਕ ਉੱਨੀ ਉਸ ਸਾਲ 96 ਤੱਕ ਬਹੁਤ ਖੁੱਲ੍ਹਾ ਅੱਤਿਆਚਾਰ ਹੋਇਆ ਪੰਜਾਬ 'ਚ, ਜਿਸ ਦੀ ਕਿ ਬਹੁਤ ਵੱਡਾ ਹਿੱਸਾ ਨੌਜਵਾਨੀ ਦਾ ਸ਼ਿਕਾਰ ਬਣਿਆ ਅਤੇ ਅੱਜ ਤੱਕ ਉਹ ਪੀੜ੍ਹਾਂ ਜਿਹੜੀਆਂ ਨੇ ਮਤਲਬ ਕਿ ਉਹਨਾਂ ਦਾ ਕੋਈ ਹੱਲ ਨਹੀਂ ਨਿਕਲਿਆ। ਕਿਸੇ ਪੰਥਕ ਸਰਕਾਰ ਨੇ ਭਾਵੇਂ 15 ਸਾਲ ਇਹ ਰਹੇ ਨੇ ਸਰਕਾਰ 'ਚ ਸਰ ਪ੍ਰਕਾਸ਼ ਸਿੰਘ ਦੀ ਕਮਾਂਡ ਥੱਲੇ, ਕਿਸੇ ਤਰ੍ਹਾਂ ਦਾ ਵੀ ਕੋਈ, ਸਗੋਂ ਇਹਨਾਂ ਨੇ ਜਿਹੜੇ ਪੁਲਿਸ ਵਾਲੇ ਕੁਛ ਅਕਿਊਜ਼ ਕਟਹਿਰੇ 'ਚ ਆਏ ਨੇ ਉਹਨਾਂ ਦਾ ਸਾਰਾ ਖਰਚ ਜਿਹੜਾ ਹੈਗਾ ਡਿਫੈਂਸ ਦਾ, ਵਕੀਲਾਂ ਦਾ ਅਤੇ ਉਹਨਾਂ ਦੀਆਂ ਪੂਰੀਆਂ ਤਨਖਾਹਾਂ ਉਹ ਸਰਕਾਰ ਦਿੰਦੀ ਰਹੀ ਆ, ਅੱਜ ਤੱਕ ਵੀ ਦੇ ਰਹੀ ਆ। ਕਿ ਇਹ ਇਸ ਤਰ੍ਹਾਂ ਦੇ ਕਲੋਜ਼ ਹੈਗੇ ਜਿਹੜੇ ਕਹਿੰਦੇ ਸੀ ਆਪਣੇ ਮੈਨੀਫੈਸਟੋ ਦੇ ਵਿੱਚ ਵੀ ਅਸੀਂ ਇਨਸਾਫ ਲਿਆਵਾਂਗੇ, ਟਰੁੱਥ ਐਂਡ ਰੀਕਨਸਲੀਏਸ਼ਨ ਕਮਿਸ਼ਨ ਬਣਾਵਾਂਗੇ। ਜਦੋਂ ਪਹਿਲੀ ਵਾਰੀ 97 'ਚ ਸਰਕਾਰ ਬਣੀ ਆ ਸ਼੍ਰੋਮਣੀ ਅਕਾਲੀ ਦਲ ਦੀ। ਜੀ ਸਰ, ਇਹ ਜਿਹੜੀ ਰਿਪੋਰਟ ਆਈ ਹੈ ਜੀ, ਇਹ ਸਿਰਫ 50 ਪੰਨਿਆਂ ਦੀ ਰਿਪੋਰਟ ਹੈ, ਪਰ ਅਸਲ ਦੇ ਵਿੱਚ ਜੋ ਸਰਦਾਰ ਵੇਰਕਾ ਜੀ ਕਹਿ ਰਹੇ ਨੇ, ਐਡਵੋਕੇਟ ਜਿਹਨਾਂ ਦੇ ਇਹ ਰਿਪੋਰਟ ਦੇ ਉੱਤੇ ਅੱਗੇ ਸਬਮਿਟ ਕੀਤੀ ਹੈ ਜਿਹਨਾਂ ਦੀ ਟੀਮ ਨੇ, ਉਹਨਾਂ ਦਾ ਕਹਿਣਾ ਕਿ ਇਹ ਰਿਪੋਰਟ ਅਸਲ ਦੇ ਵਿੱਚ ਹੋ ਸਕਦਾ 500 ਪੰਨਿਆਂ ਤੋਂ ਵੀ ਵੱਧਦੀ ਹੈ, ਪਰ ਇਹ ਸਿਰਫ 50 ਹੀ ਪੰਨੇ ਬਾਹਰ ਆਏ ਨੇ। ਸੋ ਕਿੰਨੀ ਕਨਵੀਨੀਅੰਸ ਹੈ ਜੀ ਕਿ ਸਿਰਫ 50 ਪੰਨਿਆਂ ਦੀ ਰਿਪੋਰਟ ਬਾਹਰ ਆਉਂਦੀ ਹੈ। ਮੈਂ ਜੋ ਅਸਲ ਸਵਾਲ ਤੁਹਾਡੇ ਤੋਂ ਪੁੱਛ ਰਹੀ ਹਾਂ ਕਿ ਇਹ ਆਈ ਕਿੱਥੋਂ ਆ, ਕੀ ਇਹ ਸਰਕਾਰ ਨੇ ਲੀਕ ਕੀਤੀ ਹੈ, ਸਰਕਾਰ ਨੇ ਦਿੱਤੀ ਹੈ? ਜੇ ਸਰਕਾਰ ਨੇ ਦਿੱਤੀ ਹੈ ਤਾਂ ਫਿਰ ਜਥੇਦਾਰ ਸਾਹਿਬ ਦੇ ਕੋਲ ਕਿਉਂ ਗਈ ਹੈ, ਇਹਦੇ ਤੇ ਸਰਕਾਰ ਨੇ ਕਾਰਵਾਈ ਕਿਉਂ ਨਹੀਂ ਕੀਤੀ, ਇਹਦਾ ਸੋਰਸ ਕੀ ਹੈ ਜੀ? ਜਿੱਥੋਂ ਤੱਕ ਉਹਨਾਂ ਦੇ ਦੱਸਣ ਮੁਤਾਬਕ ਹੈਗਾ ਐਡਵੋਕੇਟ ਸਰਬਜੀਤ ਸਿੰਘ ਜਿਹੜੇ ਵੇਰਕਾ ਨੇ ਉਹਨਾਂ ਦੀ ਇੰਟਰਵਿਊ ਸੁਣੀ ਹੈਗੀ ਆ ਅੱਜ ਸਵੇਰੇ, ਉਹਨਾਂ ਦੇ ਦੱਸਣ ਮੁਤਾਬਕ ਹੈਗਾ ਕਿ ਉਹਨਾਂ ਨੂੰ RTI ਰਾਹੀਂ ਮਿਲੀ ਆ, ਉਹ ਕਿਉਂਕਿ ਜਿਹੜੀ ਰਿਪੋਰਟ ਆ ਉਹ ਕਿਸੇ ਤਰ੍ਹਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਕੋਲ 2010 ਦੇ ਵਿੱਚ ਆ ਗਈ ਸੀਗੀ ਉਹ ਰਿਪੋਰਟ, ਅਤੇ ਉਸ ਰਿਪੋਰਟ ਨੂੰ ਲੈ ਕੇ ਇਹ ਹਾਈ ਕੋਰਟ ਵੀ ਗਏ ਆ, ਪਰ ਹਾਈ ਕੋਰਟ ਵਿੱਚ ਕੋਈ ਵੀ ਸੁਣਵਾਈ ਹੋ ਨਹੀਂ ਸਕੀ। ਅਲਟੀਮੇਟਲੀ ਉਹ ਲੈਪਸ ਕਰ ਗਈ ਸੀ ਪਟੀਸ਼ਨ ਜਿਹੜੀ ਹੈਗੀ ਆ। ਉਸ ਤੋਂ ਬਾਅਦ ਕਦੀ ਵੀ ਇਹ ਰਿਪੋਰਟ ਪਬਲਿਕ ਨਹੀਂ ਕੀਤੀ ਗਈ, ਨਾ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਨਾ ਕਿਸੇ ਹੋਰ ਅਦਾਰੇ ਵੱਲੋਂ, ਇਸ ਕਿਉਂਕਿ ਜਸਟਿਸ ਬੈਂਸ ਦੀ ਤਾਂ ਡੈਥ ਹੋ ਚੁੱਕੀ ਹੈ ਕਾਫੀ ਸਾਲ ਹੋ ਗਏ, ਅਤੇ ਇਹ ਫਿਰ ਜਿਹੜੇ ਉਹਨਾਂ ਦੇ ਕਲੀਗ ਸੀਗੇ ਐਡਵੋਕੇਟ ਸਰਬਜੀਤ ਸਿੰਘ ਵੇਰਕਾ, ਇਹਨਾਂ ਨੇ ਹੁਣ ਇਹ ਰਿਪੋਰਟ ਬਾਹਰ ਲਿਆਂਦੀ ਹੈਗੀ ਆ, ਅਤੇ ਕਈ ਦਿਨ ਪਹਿਲੇ ਇਹਨਾਂ ਨੇ ਇਹ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਸੌਂਪੀ ਹੈਗੀ ਆ। ਇਹਨਾਂ ਨੇ ਪਹਿਲੇ ਵੀ ਇਸ ਦਾ ਜ਼ਿਕਰ ਕੀਤਾ ਸੀਗਾ ਜਥੇਦਾਰ ਹਰਪ੍ਰੀਤ ਸਿੰਘ ਕੋਲੇ ਜਦੋਂ ਉਹ ਅਕਾਲ ਤਖਤ ਦੇ ਜਥੇਦਾਰ ਸੀਗੇ, ਪਰ ਇਹਨਾਂ ਵੱਲੋਂ ਹਜੇ ਤੱਕ ਕੋਈ ਕਾਰਵਾਈ ਕੀਤੀ ਨਹੀਂ ਗਈ ਇਸ ਬਾਰੇ, ਨਾ ਕੋਈ ਟਿੱਪਣੀ ਕੀਤੀ ਗਈ ਆ। ਹੁਣ ਅਗਲਾ ਕਦਮ ਕੀ ਚੱਕਦੇ ਨੇ, ਪਰ ਜੇ ਮੇਰਾ ਖਿਆਲ ਆ ਵੀ ਇਸ ਚੀਜ਼ ਨੂੰ ਆਪਾਂ ਇੰਟਰਨੈਸ਼ਨਲ ਐਮਨੈਸਟੀ ਇੰਟਰਨੈਸ਼ਨਲ ਕੋਲ ਲੈ ਕੇ ਜਾਈਏ ਤਾਂ ਉਹ ਜ਼ਿਆਦਾ ਇਫੈਕਟਿਵ ਹੋ ਸਕਦੀ ਆ, ਕਿਉਂਕਿ ਉਹੋ ਜੇ ਕੋਈ ਗੱਲ ਜਾਂ ਹਿਊਮਨ ਰਾਈਟਸ ਵਾਚ ਵਾਲੇ ਜਾਂ ਜਿਹੜੇ ਰਿਪੋਰਟਰਸ ਵਿਦਆਊਟ ਬਾਰਡਰਸ ਨੇ ਉਹਨਾਂ ਤੱਕ ਇਹ ਕਿਸ ਤਰ੍ਹਾਂ ਰਿਪੋਰਟ ਪਹੁੰਚੇ ਤਾਂ ਉਹ ਇਸ ਚੀਜ਼ ਨੂੰ ਜ਼ਰੂਰ ਕੋਈ ਨਾ ਕੋਈ ਇਹਦੇ 'ਤੇ ਰਿਐਕਟ ਕਰਨਗੇ। ਅਤੇ ਕਿਉਂਕਿ ਅੱਜ ਕੱਲ੍ਹ ਜਿਵੇਂ ਵਰਲਡ ਬਾਡੀਸ ਰੀਐਕਟੀਵੇਟ ਹੋਈਆਂ ਹੋਈਆਂ ਨੇ ਤਾਂ ਉਹ ਜ਼ਰੂਰ ਇਸ 'ਤੇ ਕਰਨਗੇ। ਇਹਦੇ ਨਾਲ ਇਹ ਹੈਗਾ ਕਿ ਇਹ ਇੰਟਰਨੈਸ਼ਨਲੀ ਜਦੋਂ ਕੋਈ ਸੰਸਥਾ ਇਹਨੂੰ ਲਊਗੀ ਰਿਪੋਰਟ ਨੂੰ ਤਾਂ ਫਿਰ ਇਹਨੂੰ ਆਪਾਂ ਜ਼ਿਆਦਾ ਜ਼ੋਰਦਾਰ ਤਰੀਕੇ ਨਾਲ ਪਬਲਿਕ ਸਾਹਮਣੇ ਲਿਆ ਕੇ ਜਾਂ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਕੇ ਇਹਦੇ ਬਾਰੇ ਕੋਈ ਇਨਸਾਫ ਦੀ ਮੰਗ ਕੀਤੀ ਜਾਊਗੀ। ਪਰ ਪਹਿਲੇ ਆਪਾਂ ਨੂੰ ਦੇਖਣਾ ਪਊਗਾ ਵੀ ਕੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਸ 'ਤੇ ਕੋਈ ਕਾਰਵਾਈ ਕਰਦੇ ਆ ਜਾਂ ਨਹੀਂ ਕਾਰਵਾਈ ਕਰਦੇ, ਅਤੇ ਨਾਲੇ ਇਸ ਦੇ ਨਾਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਵੀ ਇਸ ਚੀਜ਼ ਦੇ ਜਵਾਬ ਦੇਣੇ ਪੈਣਗੇ, ਕਿਉਂਕਿ ਇਹ ਐਜ਼ ਹੋਮ ਮਿਨਿਸਟਰ ਸੀਗੇ ਪੰਜਾਬ ਦੇ, ਵੀ ਇਹਨਾਂ ਨੇ ਇਸ ਰਿਪੋਰਟ 'ਤੇ ਐਕਟ ਕਿਉਂ ਨਹੀਂ ਕੀਤਾ ਗਾ ਅਤੇ ਕਿਸ ਕਿਸ ਕੰਡੀਸ਼ਨ ਥੱਲੇ ਇਹ ਜਿਹੜੇ ਅਕਿਊਜ਼ਡ ਪੁਲਿਸਮੈਨ ਹੈਗੇ ਆ ਬਰੁਟੈਲਿਟੀਜ਼ ਦੇ
ਉਹਨਾਂ ਨੂੰ ਕਿਸ ਕੰਡੀਸ਼ਨ ਥੱਲੇ ਇਹ ਸਟੇਟ ਦਾ ਫੰਡ ਦੇ ਰਹੇ ਸੀਗੇ ਅਤੇ ਉਹਨਾਂ ਦੀਆਂ ਤਨਖਾਹਾਂ ਪੂਰੀਆਂ ਬਰਕਰਾਰ ਰੱਖ ਰਹੇ ਸੀ ਡਿਸਪਾਈਟ ਦੇ ਬੀਂਗ ਅਕਿਊਜ਼ਡ ਡਿਸਪਾਈਟ ਦੇ ਸਮ ਆਫ ਦੈਮ ਬੀਂਗ ਕਨਵਿਕਟਿਡ। ਸਰ ਇਹ ਰਿਪੋਰਟ ਸਰਦਾਰ ਸਿਮਰਨਜੀਤ ਸਿੰਘ ਮਾਨ ਹੁਣਾਂ ਦੇ ਕੋਲ ਕਾਫੀ ਸਾਲ ਪਈ ਰਹੀ ਹੈ ਕਿਉਂਕਿ ਜਦੋਂ ਉਹਨਾਂ ਨੇ ਹਾਈ ਕੋਰਟ 'ਚ ਅਪੀਲ ਪਾਈ ਸੀ ਤਾਂ ਉਦੋਂ ਉਹਨਾਂ ਨੂੰ ਬਾਏ ਐਨੀ ਵੇ, ਕਿਉਂਕਿ ਮੈਨੂੰ ਇਹ ਗੱਲ ਮੰਨਣ 'ਚ ਨਹੀਂ ਆਉਂਦੀ ਜੀ ਕਿ ਸਾਡੇ ਦੇਸ਼ ਦੇ ਵਿੱਚ ਇੰਨੀ ਰਾਈਟ ਟੂ ਇਨਫੋਰਮੇਸ਼ਨ ਦੀ ਕਦਰ ਹੈਗੀ ਹੈ ਕਿ ਐਡੀਆਂ ਕ੍ਰਿਟੀਕਲ ਰਿਪੋਰਟਸ ਜਿਹੜੀਆਂ ਸਰਕਾਰ ਦੇ ਪੁਲਿਸ ਤੰਤਰ 'ਤੇ ਸਵਾਲ ਖੜ੍ਹੇ ਕਰਦੀਆਂ ਨੇ RTI ਦੇ ਥਰੂ ਮਿਲ ਜਾਣ। ਮੈਨੂੰ ਨਹੀਂ ਲੱਗਦਾ ਜੀ ਕਿ ਇੰਨੀ ਕਦਰ ਕੀਤੀ ਜਾਂਦੀ ਆ ਸਿਟੀਜ਼ਨਸ ਨੂੰ ਇਨਫੋਰਮੇਸ਼ਨ ਦੇਣ ਦੀ। ਸੋ ਇਹਦੇ 'ਚ ਹੋ ਸਕਦੇ ਨੇ ਕੋਈ ਵੀ ਸੋਰਸ ਹੋ ਸਕਦੇ ਨੇ, ਪਰ ਜਿਹੜੇ ਅਗਰ ਕਿਸੇ ਲੀਡਰ ਦੇ ਕੋਲ ਇਹ ਰਿਪੋਰਟ ਇੰਨੇ ਸਾਲ ਪਈ ਵੀ ਰਹੀ ਹੈ ਜਿਵੇਂ ਸਰਦਾਰ ਸਿਮਰਨਜੀਤ ਸਿੰਘ ਮਾਨ ਹੁਣਾਂ ਦੇ ਕੋਲ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਕੋਲ, ਤਾਂ ਇਸ ਰਿਪੋਰਟ ਨੂੰ ਸਾਂਭ ਕੇ ਹੀ ਰੱਖਣਾ ਅਤੇ ਇੱਥੇ ਕੋਈ ਜੋ ਬਣਦੀ ਕਾਰਵਾਈ ਨਾ ਕਰਨਾ, ਕਿਉਂਕਿ ਇਹ ਰਿਪੋਰਟ ਬਹੁਤ ਪ੍ਰਮੁੱਖਤਾ ਨਾਲ ਕਹਿੰਦੀ ਹੈ ਕਿ ਜਿਹੜੀ ਪੁਲਿਸ ਹੈ ਉਹ ਸੱਚ ਨਹੀਂ ਬੋਲ ਰਹੀ। ਔਰ ਇਹ ਰਿਪੋਰਟ ਨੇ ਹਜੇ ਵੀ ਇਹ ਜਵਾਬ ਨਹੀਂ ਦਿੱਤਾ ਕਿ ਕੀ ਜਥੇਦਾਰ ਕੌਂਕੇ ਜੀ ਜ਼ਿੰਦਾ ਨੇ, ਡਿਸਅਪੀਅਰਡ ਨੇ ਜਾਂ ਉਹਨਾਂ ਨੂੰ ਮਾਰ ਦਿੱਤਾ ਗਿਆ ਸੀ। ਸੋ ਨਾਲ ਹੀ ਸਰ ਇਹਦੇ ਵਿੱਚ ਕਾਫੀ ਲੋਕ ਤਾਂ ਹੁਣ ਜਿਹੜੇ ਪੁਲਿਸ ਆਫਿਸਰ ਨੇ ਉਹ ਨਹੀਂ ਰਹੇ ਹੋਣਗੇ, ਪਰ ਫਿਰ ਵੀ ਕਾਫੀ ਲੋਕ ਜਿਹੜੇ ਵਿੱਚ ਇਨਵੋਲਵਡ ਸੀ ਪੁਲਿਸ ਆਫਿਸਰ, ਉਹ ਹਜੇ ਜ਼ਿੰਦਾ ਨੇ, ਜਿਨ੍ਹਾਂ ਨੇ ਬਾਅਦ ਵਿੱਚ ਉਹਨਾਂ ਪੁਲਿਸ ਕਰਮੀਆਂ ਨੂੰ ਪ੍ਰਮੋਸ਼ਨਾਂ ਦਿੱਤੀਆਂ ਐਂਡ ਅੱਗੇ ਦੀਆਂ ਕਾਰਵਾਈਆਂ ਕੀਤੀਆਂ। ਸਰ ਬਿਲਕੁਲ ਪ੍ਰਮੋਸ਼ਨ ਨੇ, ਜਿਹੜੇ ਇੱਕ ਉਸ ਟਾਈਮ ਤੇ SP ਸੀਗੇ ਕਮਲਜੀਤ ਸਿੰਘ, ਉਹਨਾਂ ਬਾਰੇ ਮੈਨੂੰ ਪੱਕਾ ਪਤਾ ਵੀ ਉਹ ਐਜ਼ SSP ਰਿਟਾਇਰ ਹੋਏ ਨੇ ਵਿਜੀਲੈਂਸ ਦੇ ਲੁਧਿਆਣੇ ਤੋਂ ਸ਼ਾਇਦ, ਅਤੇ ਉਹ ਅੱਜ ਵੀ ਜਿਉਂਦੇ ਹੈਗੇ ਆ। ਉਹ ਮੈਂ ਉਸ ਟਾਈਮ 'ਤੇ ਸੁਪਰਡੈਂਟ ਪੁਲਿਸ ਸੀਗੇ ਜਾਂ DSP ਸੀਗੇ, ਕਿਉਂਕਿ ਇਹਨਾਂ ਸਾਰਿਆਂ ਨੂੰ ਤਰੱਕੀਆਂ ਹੀ ਇਹਨਾਂ ਦੀ ਬਰੂਟੈਲਿਟੀ ਦਾ ਲੈਵਲ ਦੇਖ ਕੇ ਕਿ ਕਿੰਨੇ ਇਹਨਾਂ ਨੇ ਸਿੰਘ ਮਾਰੇ ਨੇ ਅਤੇ ਕਿੰਨਿਆਂ ਨੂੰ ਇਹਨਾਂ ਨੇ ਟੋਰਚਰ ਕੀਤਾ ਹੈਗਾ, ਉਸ ਬੇਸਿਸ 'ਤੇ ਬਹੁਤ ਪੁਲਿਸ ਵਾਲੇ ਹਜੇ ਵੀ ਸਰਵਿਸ 'ਚ ਹੈਗੇ ਨੇ ਜਿਨ੍ਹਾਂ ਨੂੰ ਉਸ ਟਾਈਮ 'ਤੇ ਆਊਟ ਆਫ ਰੈਂਕ ਇਸ ਤਰ੍ਹਾਂ ਪ੍ਰਮੋਸ਼ਨਸ ਮਿਲੀਆਂ ਨੇ। ਇਹ ਪੰਜਾਬ ਪੁਲਿਸ ਦੀ ਤਸਵੀਰ ਹੈਗੀ ਆ ਜਿਹੜੀ ਇਹਨਾਂ ਨੇ ਗੁੱਥੀਆਂ ਰਝਾਈਆਂ ਨੇ ਨਾ, ਗੈਰ ਮੁਮਕਿਨ ਹੈ ਕਿ ਹਾਲਾਤ ਦੀ ਗੁੱਥੀ ਸੁਲਝੇ, ਕਿਉਂਕਿ ਪਹਿਲੇ ਦਾਨਿਸ਼ ਨੇ ਬੜੀ ਸੋਚ ਕੇ ਉਲਝਾਈ ਹੈ, ਕਿਉਂਕਿ ਇਹਨਾਂ ਨੇ ਕੋਈ ਗਵਾਹੀ ਨਹੀਂ ਛੱਡੇ, ਜਿਹੜੇ ਉਹਨਾਂ ਦੇ ਵੀ ਕੋਈ ਗਵਾਹ ਜਿਹੜਾ ਸੀਗਾ ਕਿਸੇ ਨੇ ਜਿਨ੍ਹਾਂ ਨੇ ਮੌਕੇ 'ਤੇ ਦੇਖਿਆ ਜਾਂ ਕੀ ਕੀਤਾ, ਜਾਂ ਤਾਂ ਉਹ ਡਰ ਮਾਰੇ ਅੱਗੇ ਨਹੀਂ ਆਏ ਅੱਜ ਤੱਕ, ਜਾਂ ਕੋਈ ਉੱਦਾਂ ਦਾ ਬੰਦਾ ਬਚਿਆ ਹੀ ਨਹੀਂ ਗਾ। ਪਰ ਪੁਲਿਸ ਵਾਲੇ ਕਾਫੀ ਜਿਉਂਦੇ ਨੇ, ਉਹਨਾਂ 'ਚੋਂ ਮੇਨ ਬੰਦਾ ਜਿਹੜਾ ਮੇਨ ਬੰਦਾ ਹੈਗਾ ਸਵਰਨ ਸਿੰਘ, ਉਹਦੀ ਡੈਥ ਹੋ ਚੁੱਕੀ ਆ, ਉਹਨਾਂ ਦਾ ਬੇਟਾ ਇਸ ਟਾਈਮ 'ਤੇ SSP ਲੱਗੇ ਹੋਏ ਨੇ ਪੰਜਾਬ 'ਚ। ਸਰ ਵੈਸੇ ਪੰਜਾਬ ਪੁਲਿਸ ਦੀ ਗੱਲ ਕਰੀਏ ਤਾਂ ਅੱਜ ਵੀ ਇਹੀ ਸਿਸਟਮ ਇੱਕ ਤਰ੍ਹਾਂ ਦਾ ਸਾਨੂੰ ਨਜ਼ਰ ਆ ਰਿਹਾ ਹੈਗਾ ਕਿ ਪੁਲਿਸ ਆਪਣੀਆਂ ਫੁੱਲ ਪੋਟੈਂਸ਼ੀਅਲ 'ਤੇ ਜਾ ਕੇ ਸਹੀ ਢੰਗ ਦੇ ਨਾਲ ਕੰਮ ਕਰਨ ਦੇ ਵਿੱਚ, ਇਨਵੈਸਟੀਗੇਸ਼ਨ ਕਰਨ ਦੇ ਵਿੱਚ ਓਡੀ ਕਾਮਯਾਬ ਨਹੀਂ ਹੈ, ਜਿਵੇਂ ਕਿ ਹੁਣ ਆਪਾਂ ਲਾਰੈਂਸ ਬਿਸ਼ਨੋਈ ਦੇ ਮੈਟਰ ਦੇ ਵਿੱਚ ਦੇਖ ਰਹੇ ਹਾਂ, ਜਿਹੜੀਆਂ ਉਹਦੀਆਂ ਇੰਟਰਵਿਊਜ਼ ਹੋਈਆਂ ਸੀ ਔਰ ਜਿਸ ਤਰ੍ਹਾਂ ਹਾਈ ਕੋਰਟ ਨੇ ਹੁਣ ਅੱਗੇ ਆਪਣੀਆਂ ਟਿੱਪਣੀਆਂ ਦਿੱਤੀਆਂ ਨੇ। ਇਸੇ ਤਰ੍ਹਾਂ ਪੰਜਾਬ ਦੀ ਇੱਕ ਜੇਲ੍ਹ ਫਿਰੋਜ਼ਪੁਰ ਦੇ ਵਿੱਚ ਕਿਵੇਂ ਮਲਟੀ ਕਰੋੜਸ ਦਾ ਡਰੱਗ ਰੈਕਟ ਜਿਹੜਾ ਹੈ ਉਹ ਜੇਲ੍ਹ 'ਚ ਬੈਠੇ ਹੋਏ ਬੜੇ ਕੰਫਰਟ ਦੇ ਨਾਲ ਇੱਕ ਆਰਾਮਦਾਇਕ ਜਗ੍ਹਾ 'ਤੇ ਬੈਠੇ ਹੋਏ ਉਹ ਚਲਾ ਰਹੇ ਨੇ ਅੰਦਰ ਦੇ, ਇਹ ਜਿਹੜਾ ਸਿਸਟਮ ਹੈ ਆਪਾਂ ਨੂੰ ਦਿਖਾਉਂਦਾ। ਪਰ ਇੱਥੇ ਮੈਂ ਇੱਕ ਸਵਾਲ ਨਾਲ ਇਹ ਵੀ ਪੁੱਛਣਾ ਚਾਹਾਂਗੀ ਕਿ ਜਿਵੇਂ ਸੂਓ ਮੋਟੋ ਨੋਟਿਸ ਹਾਈ ਕੋਰਟ ਲੈਂਦੀ ਹੈ, ਕਿ ਸਾਡੀ ਪੰਜਾਬ ਦੀ ਸਰਕਾਰ ਜਿਹੜੀ ਹੈ ਇੱਕ ਨਵੀਂ ਪਾਰਟੀ ਦੀ ਸਰਕਾਰ ਹੈ ਜੀ, ਬਿਲਕੁਲ ਫਰੈਸ਼, ਉਹਨਾਂ ਦਾ ਕੋਈ ਲੈਣ ਦੇਣ ਨਹੀਂ ਹੈਗਾ ਲਾਈਕ ਅਕਾਲੀ ਦਲ ਐਂਡ ਲਾਈਕ ਕਾਂਗਰਸ ਕਿ ਉਹਨਾਂ ਨੇ 1980-90 ਦੇ ਦੌਰ ਦੇ ਵਿੱਚ ਕੋਈ ਗਲਤੀਆਂ ਕੀਤੀਆਂ ਹੋਣ, ਅਨਮਨੁੱਖੀ ਤਸ਼ੱਦਦ ਕੀਤੇ ਹੋਣ। ਸੋ ਉਹਨਾਂ ਦਾ ਕੋਈ ਲੈਣ ਦੇਣ ਨਹੀਂ ਆ, ਬਿਲਕੁਲ ਕਲੀਨ ਸਲੇਟ ਆ। ਉਹ ਕਿਉਂ ਨਹੀਂ ਆਪਣੇ ਲੈਵਲ ਦੇ ਉੱਤੇ ਇਸ ਰਿਪੋਰਟ 'ਤੇ ਕਾਰਵਾਈ ਦੀ ਅੱਗੇ ਗੱਲ ਕਰਦੇ ਜੀ, ਜਾਂ ਪੂਰੀ ਦੀ ਪੂਰੀ ਰਿਪੋਰਟ ਕਿਉਂ ਨਹੀਂ ਜਨਤਕ ਕਰਦੇ? ਮੈਂ ਜਿਵੇਂ ਪਹਿਲੇ ਸ਼ੁਰੂ 'ਚ ਮੈਂਸ਼ਨ ਕੀਤਾ ਨਾ ਵੀ ਸਰਕਾਰਾਂ ਸਿਰਫ ਹਕੂਮਤ ਚਲਾ ਰਹੀਆਂ ਨੇ, ਰਾਜ ਪ੍ਰਬੰਧ ਨਹੀਂ ਚਲਾ ਰਹੀਆਂ। ਜੇ ਉਹਨਾਂ ਨੂੰ ਰਾਜ ਪ੍ਰਬੰਧ ਚਲਾਉਣ ਦੀ ਹੋਵੇ ਕਾਬਲੀਅਤ, ਜਿਸ ਤਰ੍ਹਾਂ ਕਿ ਪੰਜਾਬ ਗਵਰਨਮੈਂਟ ਆ ਪ੍ਰੈਜੈਂਟਲੀ, ਤਾਂ ਫਿਰ ਜਿਸ ਤਰ੍ਹਾਂ ਦੀ ਹਾਈ ਕੋਰਟ ਨੇ ਕੱਲ ਟਿੱਪਣੀਆਂ ਕੀਤੀਆਂ ਨੇ ਫਿਰੋਜ਼ਪੁਰ ਜੇਲ੍ਹ ਦੇ ਇੰਸੀਡੈਂਟ ਨੂੰ ਲੈ ਕੇ ਵੀ ਉੱਥੋਂ ਕਿਵੇਂ 43,000 ਕਾਲਸ ਹੋਈਆਂ ਨੇ, ਅਤੇ ਉਹਨਾਂ ਨੇ ਬਹੁਤ ਮਤਲਬ ਕਿ ਸਟ੍ਰਿਕਚਰਸ ਪਾਸ ਕੀਤੇ ਆ ਪੁਲਿਸ ਦੇ ਉਲਟੇ, ਹੁਣ 15 ਦਿਨ ਦਾ ਟਾਈਮ ਮੰਗਿਆ ਗਿਆ। ਇਸੇ ਤਰ੍ਹਾਂ ਹੀ ਜਿਹੜਾ ਡਰੱਗ ਰੈਕਟ ਹੈਗਾ ਉਹ ਲੁਧਿਆਣਾ ਜੇਲ੍ਹ 'ਚੋਂ ਵੀ ਚੱਲ ਰਿਹਾ, ਉਹ ਚਲਾ ਵੀ ਉਹ ਬੰਦੇ ਰਹੇ ਨੇ ਜਿਨ੍ਹਾਂ ਨੂੰ ਹਜੇ ਥੋੜ੍ਹਾ ਚਿਰ ਪਹਿਲੇ ਹੀ
ਜਿਹੜੀ ਨੈਸ਼ਨਲ ਪੁਲੀ NIA ਦੀ ਟੀਮ ਆ ਕਿ ਉਹਨਾਂ ਦੀ ਜਿਹੜੀ ਟੌਪ ਉੱਥੋਂ ਦੀ ਨੈਸ਼ਨਲ ਪੁਲਿਸ ਦੀ ਕੋਈ ਟੀਮ ਹੈਗੀ ਇਨਵੈਸਟੀਗੇਸ਼ਨ ਵਾਲੀ, ਉਹਨਾਂ ਨੇ ਉਹਨਾਂ ਨੂੰ ਅਰੈਸਟ ਕੀਤਾ ਹੈਗਾ। ਮਲਟੀ ਕਰੋੜ ਡਰੱਗ ਬਿਜ਼ਨਸ ਇੱਕ ਸਿੰਡੀਕੇਟ ਚਲਾ ਰਹੇ ਸੀ ਜਿਹਦੇ ਵਿੱਚ ਅਫਗਾਨਿਸਤਾਨ ਦੇ ਬੰਦੇ ਵੀ ਸੀ ਅਤੇ ਪਾਕਿਸਤਾਨ ਦੇ ਬੰਦੇ ਵੀ ਇੱਥੇ ਰਹਿ ਰਹੇ ਸੀ ਆ ਕੇ, ਉਹ ਜਿਹੜੇ ਆਪਣੀਆਂ ਫੈਕਟਰੀਆਂ ਵਿੱਚ ਉਹ ਡਰੱਗਸ ਤਿਆਰ ਕਰ ਰਹੇ ਸੀਗੇ। ਕਿਉਂਕਿ ਉਹ ਚੀਜ਼ ਉਹ ਹੁਣ ਜਦੋਂ ਜੇਲ੍ਹ 'ਚ ਨੇ, ਹੁਣ ਉਹਦਾ ਇਹ ਨਵਾਂ ਇੰਸੀਡੈਂਟ ਹੈਪਨ ਹੋਇਆ ਕਿ ਜਿਹੜਾ ਲੁਧਿਆਣਾ ਪੁਲਿਸ ਨੇ ਇਨਵੈਸਟੀਗੇਸ਼ਨ ਦੌਰਾਨ ਇਹ ਪਤਾ ਕਰਕੇ ਕੱਢਿਆ ਹੈਗਾ ਕਿ ਜਿਹੜਾ ਪ੍ਰੈਜੈਂਟਲੀ ਲੁਧਿਆਣੇ ਵਿੱਚ ਉਹ ਮੇਨ ਜਿਹੜਾ ਕੀ ਪਿੰਨ ਹੈਗਾ, ਉਹ ਉੱਥੇ ਬੈਠ ਕੇ ਵੀ ਆਪਣਾ ਡਰੱਗ ਰੈਕਰ ਕੰਟੀਨਿਊ ਕਰ ਰਿਹਾ ਹੈਗਾ। ਇਹ ਜਿਹੜੀ ਹੈਗੀ ਹੈ ਇਹ ਸਰਕਾਰਾਂ ਦੀ ਇਹ ਆ ਨਾਲੇ ਜਿਹੜੇ ਸਰਕਾਰ ਦੇ ਮੁਖੀ ਨੇ ਚੀਫ ਮਿਨਿਸਟਰ ਭਗਵੰਤ ਮਾਨ, ਉਹ ਜੇਲ੍ਹ ਮੰਤਰੀ ਵੀ ਨੇ। ਸੋ ਇਹ ਉਹਨਾਂ 'ਤੇ ਵੀ ਰਿਫਲੈਕਟ ਕਰਦੀ ਹੈ ਗੱਲ ਇਹ, ਪਰ ਉਹਨਾਂ ਵੱਲੋਂ ਕੋਈ ਇਸ ਬਾਰੇ ਕਿਸੇ ਤਰ੍ਹਾਂ ਦਾ ਕੋਈ ਬਿਆਨ ਨਹੀਂ ਆਇਆ। ਉਹ ਸਿਰਫ ਅਹਿਲਦਾਰੀ 'ਚ ਲੱਗੇ ਹੋਏ ਆ ਕਿਉਂਕਿ ਉਹਨਾਂ ਦਾ ਸੁਪਰੀਮੋ ਅੱਜ ਕੱਲ੍ਹ ਪੰਜਾਬ 'ਚ ਆਇਆ ਹੋਇਆ। VVIP ਸਿਕਿਉਰਿਟੀ ਦੇ ਉੱਤੇ ਕਾਫੀ ਸਵਾਲ ਇਸ ਸਰਕਾਰ 'ਤੇ ਉੱਠ ਰਹੇ ਨੇ, ਪਰ ਇੱਕ ਸਵਾਲ ਸਰ ਇਸ ਦੇਸ਼ ਦੇ ਨਾਲ ਜੁੜਿਆ ਹੋਇਆ ਮੈਂ ਤੁਹਾਡੇ ਅੱਗੇ ਲੈ ਕੇ ਆਉਣਾ ਚਾਹੁੰਦੀ ਹਾਂ ਜੀ। ਜੋ ਪੰਜਾਬ ਦੇ ਵਿੱਚ ਕਿਹਾ ਜਾਂਦਾ ਹੈ ਕਿ 80ਵੇਂ ਔਰ 90ਵੇਂ ਵਿੱਚ ਹੋਇਆ, ਉਦਾਂ ਦੇ ਕੁਛ ਹਾਲਾਤ ਸਮਵਟ ਸਿਮੀਲੀਅਰ ਮਨੀਪੁਰ ਦੇ ਵਿੱਚ ਕੰਟੀਨਿਊਸਲੀ ਵਾਪਰ ਰਹੇ ਨੇ। ਮਨੀਪੁਰ ਦੇ ਵਿੱਚ ਆਲਮੋਸਟ ਮਈ ਦੇ ਪਹਿਲੇ ਹਫ਼ਤੇ ਦੇ ਵਿੱਚ ਇਹ ਵਾਇਲੈਂਸ ਸ਼ੁਰੂ ਹੋ ਜਾਂਦੀ ਹੈ, ਜਿਹੜੀ ਐਥਨਿਕ ਵਾਇਲੈਂਸ ਹੈ। ਦੋ ਟ੍ਰਾਈਬ ਨੇ ਉਹਨਾਂ ਦੇ ਵਿੱਚ ਆਪਸੀ ਜਿਹੜੀ ਕਲੈਸ਼ਿਸ ਨੇ, ਉਹਨਾਂ ਦੇ ਵਿੱਚ ਕਈ ਜਾਨਾਂ ਜਾ ਚੁੱਕੀਆਂ ਨੇ, ਔਰ ਉਸ ਸਮੇਂ ਦੀਆਂ ਹੋਈਆਂ ਮੌਤਾਂ 'ਚ ਦੇ ਹੁਣ ਮਾਸ ਗ੍ਰੇਵ ਜਿਹੜੇ ਨੇ, ਮਾਸ ਬਰੀਅਲ ਜਿਹੜੇ ਨੇ, ਉਹਨਾਂ ਨੂੰ ਦਫਨਾਇਆ ਜਾ ਰਿਹਾ ਕਲੈਕਟਿਵਲੀ ਇਕੱਠਿਆਂ ਨੂੰ। ਜਿਵੇਂ ਸੁਪਰੀਮ ਕੋਰਟ ਨੇ ਇੱਕ ਕਮੇਟੀ ਬਣਾਈ ਸੀਗੀ, ਔਰ ਉਸ ਸੁਪਰੀਮ ਕੋਰਟ ਨੇ 3 ਰਿਟਾਇਰਡ ਜੱਜਸ ਦੀ ਕਮੇਟੀ ਬਣਾਈ ਸੀ, ਉਹਨਾਂ ਉਸ ਕਮੇਟੀ ਦੀ ਰਿਪੋਰਟ ਕਹਿੰਦੀ ਹੈ ਕਿ 175 ਮੌਤਾਂ ਹੋਈਆਂ ਨੇ, ਔਰ ਹੁਣ ਆਪਾਂ ਦੇਖਿਆ ਜੀ ਇਸੇ ਮਹੀਨੇ ਦੇ ਵਿੱਚ 2 ਕਲੈਕਟਿਵਲੀ ਸਮੂਹਿਕ ਤੌਰ 'ਤੇ ਲੋਕਾਂ ਨੂੰ ਦਫਨਾਇਆ ਗਿਆ ਹੈ, ਲਾਸ਼ਾਂ ਨੂੰ ਦਫਨਾਇਆ ਗਿਆ, ਅਤੇ 64 ਲਾਸ਼ਾਂ ਇੱਕ ਮਾਸ ਗ੍ਰੇਵ ਦੇ ਵਿੱਚ ਔਰ 87 ਇੱਕ ਮਾਸ ਗ੍ਰੇਵ ਦੇ ਵਿੱਚ। ਸਰ ਇਹ ਵੀ ਇੱਕ ਉਹੀ ਹਾਲਾਤ ਨੇ ਜਿਨ੍ਹਾਂ ਨੂੰ ਅੱਗੇ ਆਉਣ ਵਾਲੇ ਭਵਿੱਖ 'ਚ ਭਾਰਤ ਦੇਸ਼ ਸੁਲਝਾ ਨਹੀਂ ਪਾਏਗਾ, ਔਰ ਕੁਛ ਕੌਮਾਂ, ਕੁਛ ਟ੍ਰਾਈਬ, ਕੁਛ ਐਥਨੀਸਿਟੀਜ਼ ਇੱਦਾਂ ਦੀਆਂ ਰਹਿ ਜਾਣਗੀਆਂ ਜਿਨ੍ਹਾਂ ਦੇ ਜ਼ਖਮ ਰਿਸਦੇ ਰਹਿਣਗੇ ਔਰ ਅਗਲੀਆਂ ਪੀੜ੍ਹੀਆਂ ਦੇ ਸਾਹਮਣੇ ਆ ਕੇ ਖੜ੍ਹਦੇ ਰਹਿਣਗੇ। ਮਿਲਾਨ ਕੁੰਦੇਰਾ ਨਾ ਇੱਕ ਬਹੁਤ ਨਾਮੀ ਚੈੱਕ ਰਿਪਬਲਿਕ ਦਾ ਰੈਬਲ ਹੋਇਆ ਅਤੇ ਬਹੁਤ ਤਕੜਾ ਉਹ ਰਾਈਟਰ ਵੀ ਹੈਗਾ, ਉਹਨੇ ਬਹੁਤ ਐਕਸਟੈਂਸਿਵਲੀ ਲਿਖਿਆ ਹੈਗਾ ਬੀਂਗ ਏ ਰੈਬਲ। ਉਹਨਾਂ ਦਾ ਕਈ ਹੋਏ ਇੱਕ ਲਾਈਨ ਹੈ, ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ। ਦਾ ਸਟਰਗਲ ਆਫ ਮੈਨ ਅਗੇਂਸਟ ਪਾਵਰ, ਦਾ ਸਟਰਗਲ ਆਫ ਮੈਨ ਅਗੇਂਸਟ ਪਾਵਰ ਇਜ਼ ਦਾ ਸਟਰਗਲ ਆਫ ਮੈਮਰੀ ਅਗੇਂਸਟ ਫੋਰਗੈਟਿੰਗ। ਮਤਲਬ ਕਿ ਆਹ ਸਟਰਗਲ ਚੱਲ ਰਿਹਾ ਹੈਗਾ ਮੈਮਰੀ ਦਾ ਐਂਡ ਅਬਾਊਟ ਫੋਰਗੈਟਿੰਗ। ਜਿਹੜੇ ਮਤਲਬ ਕਿ ਮਨੀਪੁਰ 'ਚ ਜੋ ਕੁਛ ਹੋਇਆ ਅੱਜ ਦੇ ਦਿਨਾਂ 'ਚ, ਮਤਲਬ ਕਿ ਉਹ ਬਿਓਂਡ ਡਿਸਕ੍ਰਿਪਸ਼ਨ ਹੈਗਾ, ਕਿਉਂਕਿ ਉਹਦੇ ਬਾਰੇ ਜਿਹੜੀ ਨੈਸ਼ਨਲ ਪ੍ਰੈਸ ਆ ਉਹਨਾਂ ਵੱਲੋਂ ਕੰਪਲੀਟ ਬਲੈਕਆਊਟ ਰਹੀ ਆ। ਜਿਹਨੇ ਕਿਸੇ ਵੀ ਪ੍ਰੈਸ ਵਾਲੇ ਨੇ ਕੋਸ਼ਿਸ਼ ਕੀਤੀ ਹੈਗੀ, ਜਰਨਲਿਸਟ ਨੇ, ਉਹਨਾਂ ਨੂੰ ਕੇਸਾਂ ਵਿੱਚ ਉਲਝਾਇਆ ਗਿਆ ਹੈਗਾ ਅਤੇ ਸੁਪਰੀਮ ਕੋਰਟ ਨੂੰ ਇੰਟਰਵੀਨ ਕਰਨਾ ਪਿਆ ਉਹਨਾਂ ਨੂੰ ਪ੍ਰੋਟੈਕਸ਼ਨ ਦੇਣ ਦੇ ਲਈ। ਕਿਉਂਕਿ ਜਿਸ ਤਰ੍ਹਾਂ ਉੱਥੇ ਅੱਜ ਜਿਸ ਤਰ੍ਹਾਂ ਕਮਿਊਨਿਟੀਜ਼ ਆਪਸ 'ਚ ਵੰਡੀਆਂ ਗਈਆਂ ਨੇ ਔਨ ਐਥਨਿਕ ਲਾਈਨਸ, ਵੀ ਇੱਕ ਪਾਸੇ ਕੁਕੀ ਅਤੇ ਜ਼ੂਮੋ ਨੇ ਅਤੇ ਕੁਛ ਨਾਗਾਸ ਨੇ, ਅਤੇ ਦੂਜੇ ਪਾਸੇ ਹੈਗੀ ਮਜੋਰਟੀ ਕਮਿਊਨਿਟੀ ਮਤਈ, ਜਿਹੜੀ ਕਿ ਹਿੰਦੂ ਕਮਿਊਨਿਟੀ ਹੈਗੀ ਆ। ਜਿਹੜੇ ਦੂਸਰੇ ਕੁਕੀ ਜ਼ੂਮੋ ਹੈਗੇ ਉਹ ਮੋਸਟਲੀ ਕ੍ਰਿਸਚਨ ਹੈਗੇ ਆ ਜਾਂ ਮੁਸਲਿਮ ਨੇ ਕੁਛ ਉਹਨਾਂ 'ਚੋਂ। ਮਤਲਬ ਇਸ ਚੀਜ਼ਾਂ 'ਤੇ ਐਥਨਿਕ ਲਾਈਨਸ 'ਤੇ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਵੀ ਅੱਜ ਦੀ ਤਿੱਖੀ ਨਾਅਰੇਬਾਜ਼ੀ ਰਾਜਨੀਤਿਕ ਹਮਲਾ ਵਾਰਤਾ ਅਤੇ ਅੱਤ ਰਾਸ਼ਟਰਵਾਦ ਨੇ ਲੋਕਾਂ ਦੇ ਦ੍ਰਿਸ਼ਟੀਕੋਣ ਅਤੇ ਸੋਚ ਨੂੰ ਧੁੰਦਲਾ ਕਰ ਦਿੱਤਾ ਹੈਗਾ, ਤਾਂ ਲੋਕ ਵੀ ਬਹੁਤੇ ਬੋਦਰ ਨਹੀਂ ਰਹਿ ਰਹੇ। ਮਤਲਬ ਇਹ ਜਿਹੜੀ ਚੀਜ਼ ਹੈਗੀ ਆ ਇਹ ਇਟਸ ਵੈਰੀ ਟ੍ਰਬਲਿੰਗ, ਜਦਕਿ ਇਹਦੇ ਬਾਰੇ ਯੂਰਪੀਅਨ ਯੂਨੀਅਨ ਦੀ ਪਾਰਲੀਮੈਂਟ ਨੇ ਮਨੀਪੁਰ ਬਾਰੇ ਇੱਕ ਉਹਨਾਂ ਨੇ ਬਹੁਤ ਸਟਰੋਂਗ ਵਰਡਡ ਉੱਥੇ ਜਨੈਨੀਮਸ ਰੈਜੋਲੂਸ਼ਨ ਲੈ ਕੇ ਆਉਂਦਾ ਸੀਗਾ ਜਦੋਂ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਆਪਣੇ ਰੀਸੈਂਟ ਫਰਾਂਸ 'ਤੇ ਟੂਰ 'ਤੇ ਗਏ ਸੀਗੇ, ਅਤੇ ਉੱਥੇ ਲਗਾਤਾਰ ਇਸ ਬਾਰੇ ਜ਼ਿਕਰ ਚੱਲ ਰਿਹਾ ਹੈਗਾ। ਅਤੇ ਜਿਹੜੀ ਹੁਣ ਨਵੀਂ ਰਿਪੋਰਟ ਆਈ ਹੈਗੀ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ,
ਉਹਦੇ ਵਿੱਚ ਵੀ ਇਹਦਾ ਭਰਪੂਰ ਜ਼ੋਰ ਨਾਲ ਜ਼ਿਕਰ ਕੀਤਾ ਗਿਆ ਅਤੇ ਉਹਨਾਂ ਨੇ ਜਿਹੜਾ US ਗਵਰਨਮੈਂਟ ਦਾ ਸਟੇਟ ਡਿਪਾਰਟਮੈਂਟ ਹੈਗਾ ਅਤੇ ਸੈਕਟਰੀ ਆਫ ਸਟੇਟ ਹੈਗਾ, ਇਸੇ ਤਰ੍ਹਾਂ ਪ੍ਰੈਜ਼ੀਡੈਂਟ ਜੋ ਬਾਈਡਨ ਨੂੰ, ਉਹਨਾਂ ਨੂੰ ਅਰਜ ਕੀਤਾ ਹੈਗਾ ਕਿ ਇੰਡੀਆ ਨੂੰ ਇੱਕ ਕੰਟਰੀ ਆਫ ਪਰਟੀਕੁਲਰ ਕੰਸਰਨ ਮੰਨਿਆ ਜਾਵੇ, ਜੋ ਕਿ ਉਹ ਪਿਛਲੇ 4 ਸਾਲਾਂ ਤੋਂ ਆਪਣੀਆਂ ਰਿਪੋਰਟਸ ਵਿੱਚ ਜ਼ਿਕਰ ਕਰ ਰਹੇ ਨੇ। ਅਤੇ ਉਹਨਾਂ ਨੇ ਇਹ ਵੀ ਰਿਕਮੈਂਡ ਕੀਤਾ ਵੀ ਸਰਟਨ ਫਾਰਮ ਆਫ ਸੈਂਕਸ਼ਨਸ ਵਗੈਰਾ ਨੇ ਜਿਹੜੀਆਂ ਉਹ ਇੰਡੀਅਨ ਗਵਰਨਮੈਂਟ ਦੇ ਅਗੇਂਸਟ US ਨੂੰ ਲਾਉਣੀਆਂ ਚਾਹੀਦੀਆਂ ਨੇ, ਪਰ ਇਹ ਹੁਣ ਕੀ ਰਿਐਕਸ਼ਨ US ਦਿੰਦਾ ਹੈਗਾ ਇਹ ਹਜੇ ਅਵੇਟ ਕੀਤਾ ਜਾ ਰਿਹਾ। ਆਖਰੀ ਮੈਟਰ ਇਸ ਪ੍ਰੋਗਰਾਮ ਦਾ, ਕੋਈ ਵੀ ਇੰਟਰਨੈਸ਼ਨਲ ਟੌਪਿਕ ਮੈਂ ਚਾਹੁੰਦੀ ਹਾਂ ਕਿ ਤੁਸੀਂ ਆਪਣੀ ਚੁਆਇਸ ਦੇ ਨਾਲ ਹੀ ਸਿਲੈਕਟ ਕਰੋ ਕਿ ਕਿਹੜੀ ਚੀਜ਼ ਜਾਣਨੀ ਆਡੀਅੰਸ ਲਈ ਸਾਡੇ ਲਈ ਜ਼ਰੂਰੀ ਹੈ ਜੀ। ਜਿਹੜਾ ਇਜ਼ਰਾਈਲ ਅਤੇ ਗਾਜ਼ਾ ਵਿੱਚ ਕਨਫਲਿਕਟ ਚੱਲ ਰਿਹਾ ਹੈ, ਉਸੇ ਤਰ੍ਹਾਂ ਦਾ ਕਨਫਲਿਕਟ ਇਜ਼ਰਾਈਲ ਦਾ ਵੈਸਟ ਬੈਂਕ ਟੈਰੀਟਰੀਜ਼ ਦੇ ਵਿੱਚ ਵੀ ਚੱਲ ਰਹੀਆਂ, ਜਿਹੜੀਆਂ ਓਕੂਪਾਈਡ ਵੈਸਟ ਬੈਂਕ ਟੈਰੀਟਰੀਜ਼ ਨੇ ਪੈਲਸਟਾਈਨਸ ਦੀਆਂ, ਉਹਨਾਂ ਵਿੱਚ ਜਿਹੜੇ ਸੈਟਲਰਸ ਨੇ ਉਹ ਬੜਾ ਫੋਰਸਫੁਲੀ ਉੱਥੇ ਜਿਹੜਾ ਹੈ ਲੈਂਡ ਨੂੰ ਗ੍ਰੈਬ ਕਰ ਰਹੇ ਨੇ ਅੰਡਰ ਦੀ ਮਤਲਬ ਕਿ ਬੈਕਿੰਗ ਆਫ ਇਜ਼ਰਾਈਲੀ ਗਵਰਨਮੈਂਟ। ਅਤੇ ਉਹਨਾਂ ਬਾਰੇ ਜਿਹੜੀ ਫਰਾਂਸ ਦੀ ਹੈਗਾ ਫੋਰਨ ਮਿਨਿਸਟਰ ਹੈਗੀ ਲੇਡੀ, ਮੈਨੂੰ ਹੁਣ ਉਹਦਾ ਨਾਮ ਭੁੱਲ ਰਿਹਾ ਹੈਗਾ, ਉਹਨਾਂ ਨੇ ਬੜੀ ਸਟਰੋਂਗ ਸਟੇਟਮੈਂਟ ਦਿੱਤੀ ਆ ਵੀ ਅਸੀਂ ਜਿਸ ਤਰ੍ਹਾਂ ਵੈਸਟ ਬੈਂਕ ਵਿੱਚ ਹੋ ਰਿਹਾ ਆਕੂਪਾਈਡ ਵੈਸਟ ਬੈਂਕ ਦੇ ਵਿੱਚ, ਉਹਨੂੰ ਕਿਹਾ ਹੀ ਆਕੂਪਾਈਡ ਵੈਸਟ ਬੈਂਕ ਜਾਂਦਾ ਕਿ ਉਹ ਜਿਹੜੀ ਇਜ਼ਰਾਈਲੀ ਗਵਰਨਮੈਂਟ ਹੈਗੀ ਉਹ ਆਕੂਪਾਈਡ ਫੋਰਸ ਆ ਉੱਥੇ, ਅਤੇ ਪੈਲਸਟੀਨੀਅਨਸ ਆਰ ਕੈਪਟ ਲਾਈਕ ਜਿਵੇਂ ਕੋਈ ਪ੍ਰਿਜ਼ਨਰਸ ਹੁੰਦੇ ਆ ਓਪਨ ਪ੍ਰਿਜ਼ਨਸ ਦੇ ਵਿੱਚ, ਇਸੇ ਤਰ੍ਹਾਂ ਗਾਜ਼ਾ 'ਚ ਨੇ, ਇਸੇ ਤਰ੍ਹਾਂ ਹੀ ਆਕੂਪਾਈਡ ਟੈਰੀਟਰੀਜ਼ ਨੇ। ਗਾਜ਼ਾ 'ਚ ਜ਼ਿਆਦਾ ਹਾਲਤ ਮਾੜੀ ਹੈਗੀ ਆ। ਇਸ ਬਾਰੇ ਜਿਹੜੀ ਇੱਕ ਹੋਰ ਟਿੱਪਣੀ ਉਹਨਾਂ ਨੇ ਕਿਹਾ ਜਿਹੜੀ ਫੋਰਨ ਮਿਨਿਸਟਰ ਆ ਵੀ ਜੇ ਇਹ ਨਾ ਹਟੇ ਸੈਟਲਰਸ ਤਾਂ ਅਸੀਂ ਇਹਨਾਂ ਖਿਲਾਫ ਕੋਈ ਇੰਟਰਨੈਸ਼ਨਲ ਸੈਂਕਸ਼ਨਸ ਦੇ ਕਦਮ ਚੱਕਾਂਗੇ ਅਤੇ ਇਹਨਾਂ ਨੂੰ ਅਸੀਂ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਵਿੱਚ ਵੀ ਲੈ ਕੇ ਆਵਾਂਗੇ। ਅਤੇ ਦੂਸਰਾ ਜਿਹੜੇ ਬੈਨ ਪੋਲਸ ਜਿਹੜੇ ਕਿ ਹੁਣੇ ਥੋੜ੍ਹਾ ਚਿਰ ਪਹਿਲੇ ਤੱਕ ਡਿਫੈਂਸ ਸੈਕਟਰੀ ਸੀਗੇ UK ਗਵਰਨਮੈਂਟ ਦੇ ਵਿੱਚ, ਉਹਨਾਂ ਨੇ ਇਜ਼ਰਾਈਲ ਵੱਲੋਂ ਜੋ ਕੀਤਾ ਜਾ ਰਿਹਾ ਹੈਗਾ ਉਹਦੇ ਬਾਰੇ ਬੜੀ ਸਟਰੋਂਗ ਟਿੱਪਣੀ ਕੀਤੀ ਹੈਗੀ ਆ। ਐਂਡ ਹੀ ਸੈਡ ਕਿ ਇਜ਼ਰਾਈਲ ਇਜ਼ ਲੂਜ਼ਿੰਗ ਇਟਸ ਮੋਰਲ ਅਥਾਰਟੀ, ਉਹ ਆਪਣੀ ਨੈਤਿਕ ਜਿਹੜੀ ਉਹਨਾਂ ਦੀ ਹੈਗੀ ਅਥਾਰਟੀ ਉਹ ਲੂਜ਼ ਕਰ ਰਿਹਾ ਹੈਗਾ ਬਿਕੋਜ਼ ਆਫ ਕਲੈਕਟਿਵ ਪਨਿਸ਼ਮੈਂਟ ਬਾਏ ਕਿਲਿੰਗ ਆਫ ਸਿਵਲੀਅਨਸ ਐਂਡ ਕਿਲਿੰਗ ਰੇਜ ਐਂਡ ਇਜ਼ ਫਾਰ ਫਰੋਮ ਅਚੀਵਿੰਗ ਪੀਸ। ਅਤੇ ਉਹਨਾਂ ਨੇ ਜਿਹੜਾ ਲਾਸਟ ਵਿੱਚ ਕਿਹਾ ਹੈਗਾ ਕਿ ਜਿਹੜੀਆਂ ਵੈਸਟਰਨ ਅਸਟੈਬਲਿਸ਼ਮੈਂਟਸ ਨੇ ਉਹ ਬੜਾ ਅਨਕੰਫਰਟੇਬਲ ਫੀਲ ਕਰ ਰਹੀਆਂ ਨੇ ਆਪਣੀ ਇਜ਼ਰਾਈਲ ਨੂੰ ਸਪੋਰਟ ਦੇਣ ਦੇ ਵਿੱਚ ਅਤੇ ਐਂਡ ਬੀਇੰਗ ਇਨ ਕੋਲੀਜਨ ਵਿਦ ਇਜ਼ਰਾਈਲ ਫੋਰ ਕਿਲਿੰਗਸ ਇਨ ਗਾਜ਼ਾ। ਮਤਲਬ ਕਿ ਇਸ ਤਰ੍ਹਾਂ ਦੇ ਮਾਹੌਲ ਨੇ ਵੈਸਟਰਨ ਗਵਰਨਮੈਂਟਸ ਦੇ ਵਿੱਚ। ਸੋ ਯੂ ਕੈਨ ਵੈਲ ਇਮੈਜਿਨ ਕਿ ਕੀ ਸਥਿਤੀ ਹੈਗੀ ਆ। ਹੁਣ ਤੱਕ 20,000+ ਜਿਹੜੇ ਨੇ ਕਿਲਿੰਗਸ ਹੋ ਚੁੱਕੀਆਂ ਨੇ ਅਤੇ ਸੈਵਰਲ 100 ਕਿਲਿੰਗਸ ਜਿਹੜੀਆਂ ਨੇ ਉਹ ਸਾਈਮਲਟੇਨੀਅਸਲੀ ਵੈਸਟ ਆਕੂਪਾਈਡ ਵੈਸਟ ਬੈਂਕ ਵਿੱਚ ਵੀ ਹੋਈਆਂ ਨੇ, ਮੋਸਟਲੀ ਬਾਏ ਇਜ਼ਰਾਈਲੀ ਆਰਮੀ ਐਂਡ ਸੈਟਲਰਸ। ਔਰ ਇਸ ਸਮੇਂ ਅਮਰੀਕਾ ਦੀ ਜਿਹੜਾ ਬਿਹੇਵੀਅਰ ਹੈ ਉਹ ਵੀ ਇੱਕ ਅਲੱਗ ਤੋਂ ਜਾਣਨ ਵਾਲਾ ਹੈ ਕਿ ਕਿਵੇਂ ਉਹ ਆਪਣੀਆਂ ਜਿਹੜੀਆਂ ਜਿਹੜੇ ਦੇਸ਼ ਖਾਸ ਤੌਰ ਤੇ ਜਿਹਨਾਂ ਕੋਲ ਵੀਟੋ ਪਾਵਰ ਹੈ ਉਹ ਕਿਵੇਂ ਇਹ ਇਜ਼ਰਾਈਲ ਦੀ ਸਹਾਇਤਾ ਲਗਾਤਾਰ ਕਰਦੇ ਆ ਰਹੇ ਨੇ ਜਦੋਂ ਪੂਰੀ ਦੁਨੀਆ ਗਵਾਹ ਬਣ ਰਹੀ ਹੈ ਕਿ ਕਿਵੇਂ ਗਾਜ਼ਾ ਦੇ ਵਿੱਚ ਵਸਦੇ ਲੋਕਾਂ ਲਈ ਕੋਈ ਰਾਹ ਹੀ ਨਹੀਂ ਛੱਡਿਆ ਗਿਆ। ਸੋ ਸਰ ਆਪਾਂ ਇਸ ਗੱਲ ਨੂੰ ਸਮਾਪਤ ਕਰੀਏ ਜੀ, ਅੰਤ ਦੇ ਵਿੱਚ ਕੁਛ ਕਹਿਣਾ ਚਾਹੁੰਦੇ ਹੋ ਜੀ ਤੁਸੀਂ? ਮਤਲਬ ਕਿ ਜਿਹੜੀ ਯੂਨਾਈਟਿਡ ਨੇਸ਼ਨਸ ਆ ਨਾ ਉਹ ਇੱਕ ਬਿਗੈਸਟ ਕੈਜ਼ੁਅਲਟੀ ਬਣ ਗਈ ਹੋਈ ਆ। ਉਹ ਜਿਸ ਤਰ੍ਹਾਂ ਦਾ ਵੀਟੋ ਪਾਵਰ ਸਾਰੀਆਂ ਜਿਹੜੀਆਂ ਅਸਟੈਬਲਿਸ਼ਮੈਂਟਸ ਨੇ ਉਹ ਉਸ ਨੂੰ ਆਪਣੇ ਵਿਮਸ ਅਤੇ ਆਪਣੀਆਂ ਹੀ ਮਤਲਬ ਕਿ ਨਿਊ ਨੋਸ ਮਤਲਬ ਕਿ ਨਿਊ ਸੈਂਸ ਦੇ ਉੱਤੇ ਉਹਨਾਂ ਨੂੰ ਕਈ ਕੰਮ ਜੋ ਯੂਨਾਈਟਿਡ ਨੇਸ਼ਨਸ ਦੀ ਜ਼ਿੰਮੇਵਾਰੀਆਂ ਨੇ ਉਹ ਪੂਰਾ ਨਹੀਂ ਕਰਨ ਦੇ ਰਹੀਆਂ। ਹੁਣ ਪਿਛਲੇ ਹਫ਼ਤੇ ਤੋਂ ਇੱਕ ਕੋਸ਼ਿਸ਼ ਚੱਲ ਰਹੀ ਸੀਗੀ ਯੂਨਾਈਟਿਡ ਅਰਬ ਐਮੀਰੇਟਸ ਵੱਲੋਂ ਕਲੈਕਟਿਵਲੀ ਅਲੋਂਗ ਵਿਦ ਅਦਰ ਸਿਕਿਉਰਟੀ ਕੌਂਸਲ ਮੈਂਬਰਸ ਜਿਹੜੇ ਯੂਨਾਈਟਿਡ ਨੇਸ਼ਨਸ ਦੇ 50 ਮੈਂਬਰਸ ਨੇ ਕਿ ਕੋਈ ਆਪਾਂ ਇਸ ਤਰ੍ਹਾਂ ਦਾ ਸਟਰੋਂਗ ਵਰਡਡ ਰੈਜ਼ੋਲੂਸ਼ਨ ਲੈ ਕੇ ਆਈਏ ਜਿਹਦੇ ਰਾਹੀਂ ਅਸੀਂ ਇਜ਼ਰਾਈਲ ਨੂੰ ਫੋਰਸ ਕਰ ਸਕੀਏ ਕਿ ਉੱਥੇ ਸੀਜ਼ ਫਾਇਰ ਹੋਵੇ, ਹਮੈਨੀਟੇਰੀਅਨ ਸੀਜ਼ ਫਾਇਰ। ਨਹੀਂ ਤਾਂ ਹੁਣ ਜਿਹੜੀ ਇੱਕ ਜਿਹੜੀ ਉਹਨਾਂ ਦੀ ਹੰਗਰ ਅਸਟੈਬਲਿਸ਼ਮੈਂਟ ਹੈਗੀ ਆ ਯੂਨਾਈਟਿਡ ਨੇਸ਼ਨਸ ਦੀ, ਉਹਨਾਂ ਨੇ ਆਪਣੀ ਰਿਪੋਰਟ ਵਿੱਚ ਹੁਣ ਕਿਹਾ ਹੈਗਾ ਕਿ ਜੇ ਇਹ ਵਾਰ ਨਾ ਰੁਕੀ ਹੋਰ ਕੁਛ ਦਿਨ ਤਾਂ ਉੱਥੇ ਇੱਕ ਤਰ੍ਹਾਂ ਨਾਲ ਭੁੱਖਮਾਰੀ ਫੈਮਿਨ ਦੀ ਸਥਿਤੀ ਬਣੀ ਹੋਈ ਆ ਗਾਜ਼ਾ ਦੇ ਵਿੱਚ।
ਕਿ ਲੋਕ ਭੁੱਖ ਨਾਲ ਵੀ ਮਰਨ ਲੱਗ ਜਾਣਗੇ, ਬੰਬਾਂ ਨਾਲ ਤਾਂ ਗੋਲੀਆਂ ਨਾਲ ਤਾਂ ਮਾਰੀ ਰਹਿਣੇ ਉਹ। ਦੈਟਸ ਵਟ ਦਾ ਸਿਚੁਏਸ਼ਨ ਇਜ਼। ਇੱਕ ਮਿਊਟ ਸਪੈਕਟੇਟਰ ਹੈਗਾ ਐਂਡ ਡਿਸਪਾਈਟ ਦੀਸ ਕਿਲਿੰਗਸ ਐਂਡ ਰੇਜ ਆਫ ਕਿਲਿੰਗ ਰੇਜ ਆਫ ਇਜ਼ਰਾਈਲ, ਅੱਜ ਵੀ ਜਿਹੜਾ ਯੂਨਾਈਟਿਡ ਸਟੇਟਸ ਹੈਗਾ, ਡਿਸਪਾਈਟ ਪਬਲਿਕ ਓਪੀਨੀਅਨ ਟਰਨਿੰਗ ਅਗੇਂਸਟ ਦਾ US ਗਵਰਨਮੈਂਟ, ਉਹਦੇ ਵਿੱਚ ਜਿਹੜਾ ਤਾਂ ਵੀ ਉਹ ਕੰਟੀਨਿਊਸਲੀ ਬਿਕੋਜ਼ ਆਫ ਲੋਬੀ ਜਿਹੜੀ ਹੈਗੀ ਆ, ਜੂਇਸ਼ ਲੋਬੀ, ਉਹ ਬਹੁਤ ਸਟਰੋਂਗ ਹੈਗੀ ਜਿਹੜੀ ਉਹਨਾਂ ਦੀ, ਉੱਥੇ ਲੋਬਿੰਗ ਗਰੁੱਪਸ ਨੇ US ਦੇ ਵਿੱਚ, ਉਹਦੇ ਕਰਕੇ ਅੱਜ ਵੀ ਕੰਟੀਨਿਊਸਲੀ ਸਪੋਰਟ ਕਰ ਰਿਹਾ ਹੈਗਾ ਮਿਲੀਟੈਰਲੀ USA। ਥੈਂਕ ਯੂ ਸੋ ਮਚ ਕੁਕੀ ਜੀ, ਆਪਾਂ ਅੱਜ ਦੇ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ, ਸੀ ਯੂ ਨੈਕਸਟ ਟਾਈਮ। ਥੈਂਕ ਯੂ ਸੋ ਮਚ ਮਨਵੀਰ।